ਜਸ ਟੀਵੀ ਦੇਖ ਰਹੇ ਤੁਸੀਂ, ਮੈਂ ਕੇ ਪੀ ਸਿੰਘ ਤੁਹਾਡਾ ਸਵਾਗਤ ਕਰਦਾ। ਆਉਣ ਵਾਲੇ 2 ਸਾਲਾਂ ਦੇ ਵਿੱਚ 8 ਵੱਡੇ ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਅਤੇ 4 ਦੇ ਵਿੱਚ BJP ਨੂੰ ਜਾਂ ਐਂ ਕਹੀਏ NDA ਨੂੰ ਆਪਣੀ ਸੱਤਾ ਬਚਾਉਣ ਦੀ ਚੁਣੌਤੀ ਹੈਗੀ ਹੈ। ਪਰ ਇਹ ਸਭ ਦੇ ਵਿਚਾਲੇ ਇਹ ਸਵਾਲ ਇਸ ਕਰਕੇ ਅਸੀਂ ਕਰ ਰਹੇ ਹੈਗੇ ਹਾਂ ਕਿਉਂਕਿ ਹੁਣ ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਚੋਣਾਂ ਹੋਈਆਂ, ਇੱਥੇ ਫੈਸਲਾ ਹੋ ਚੁੱਕਿਆ। ਇਸ ਤੋਂ ਇਲਾਵਾ ਕੁੱਲ 18 ਸੂਬਿਆਂ ਵਿੱਚ ਚੋਣਾਂ ਹੋਈਆਂ ਅਤੇ 52 ਸੀਟਾਂ 'ਤੇ ਉਪ ਚੋਣ ਹੋਈ ਹੈਗੀ ਹੈ। 22 ਇਲੈਕਸ਼ਨ ਆ ਜਿਹੜੇ ਹੋਏ ਹੈਗੇ ਆ, ਅਤੇ ਇਹਨਾਂ 22 ਇਲੈਕਸ਼ਨ ਵਿੱਚ 2 ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਸਿੱਖੀਆਂ। ਬਹੁਤ ਸਾਰੇ ਇਹੋ ਜਿਹੇ ਸਵਾਲ ਹੈਗੇ ਆ ਕਿ ਹੁਣ ਜਨਤਾ ਕੀ ਚਾਹੁੰਦੀ ਹੈਗੀ ਆ, ਜਨਤਾ ਕਿਹੜੇ ਮੁੱਦਿਆਂ ਨੂੰ ਨਕਾਰ ਰਹੀ ਆ ਅਤੇ ਕਿਹੜੇ ਮੁੱਦਿਆਂ ਨੂੰ ਸਵੀਕਾਰ ਕਰ ਰਹੀ ਹੈਗੀ ਆ। ਕਿ ਮੋਦੀ ਦਾ ਮੈਜਿਕ ਚੱਲਦਾ ਨਹੀਂ ਪਿਆ, ਕਿ ਮੋਦੀ ਦਾ ਮੈਜਿਕ ਘੱਟ ਗਿਆ ਹੈਗਾ, ਜਾਂ ਕਾਂਗਰਸ ਹੈ ਉਸ ਨੂੰ ਕੁਝ ਲੋਕਾਂ ਨੇ ਅੱਗੇ ਵਧਾਇਆ ਹੈਗਾ, ਜਾਂ NCP ਜਾਂ ਸ਼ਿਵ ਸੈਨਾ, ਉਹਨਾਂ ਸਭ ਦਾ ਜ਼ਿਕਰ ਹੋਵੇਗਾ। ਸਭ ਦੇ ਵਿਚਾਲੇ ਆਮ ਆਦਮੀ ਪਾਰਟੀ ਦਾ ਵੀ ਜ਼ਿਕਰ ਹੋਵੇਗਾ। ਆਮ ਆਦਮੀ ਪਾਰਟੀ ਨੇ ਬਹੁਤ ਸੁਪਨੇ ਵੇਚੇ ਹੈਗੇ। ਸਭ ਦੇ ਵਿਚਾਲੇ ਜਿਹੜੇ ਖੱਬੇ ਪੱਖੀ ਦਲ ਹੈਗੇ ਆ, ਉਹ ਕੀ ਸੋਚਦੇ ਹੈਗੇ ਆ ਇਹ ਸਾਰੀ ਸਿਆਸਤ ਦੇ ਵਿਚਾਲੇ, ਕੀ ਕੋਈ ਖਲਾਅ ਤਾਂ ਨਹੀਂ ਪੈਦਾ ਹੋ ਗਿਆ? ਜੇ ਖਲਾਅ ਪੈਦਾ ਹੋ ਗਿਆ ਤਾਂ ਉਸਨੂੰ ਭਰੇਗਾ ਕੌਣ? ਬਹੁਤ ਸਾਰੇ ਇਹੋ ਜਿਹੇ ਸਵਾਲ ਹੈਗੇ ਆ। ਸਵਾਲ ਇੱਕੋ ਹੀ ਪੁੱਛਿਆ ਜਾਵੇਗਾ, ਜਨਤਾ ਦੇ ਫੈਸਲੇ 'ਚ ਕੌਣ ਫਸਿਆ? ਜਨਤਾ ਦਾ ਫੈਸਲਾ ਅੱਜ ਬਹਿਸ ਕਿਉਂ ਕਰ ਰਿਹਾ? ਹਰਿਆਣਾ ਮਹਾਰਾਸ਼ਟਰ ਸਣੇ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਨਵੀਂ ਬਹਿਸ ਛੇੜ ਦਿੱਤੀ ਹੈ। ਬਹੁਤੀਆਂ ਥਾਵਾਂ 'ਤੇ ਸੱਤਾਧਾਰੀ ਪਾਰਟੀਆਂ ਦੀਆਂ ਸੀਟਾਂ ਘਟੀਆਂ, ਵੋਟ ਸ਼ੇਅਰ ਵੀ ਘੱਟ ਗਿਆ ਹੈਗਾ। ਹਾਲਾਂਕਿ ਪਾਰਟੀਆਂ ਮੰਨਣਗੀਆਂ ਨਹੀਂ, ਹਰਿਆਣਾ 'ਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਆ। ਬਹੁਮਤ ਦੂਰ ਭਾਜਪਾ ਜੋੜ ਤੋੜ ਵਿੱਚ ਲੱਗੀ ਹੋਈ ਹੈ। ਕਦੇ ਕਿਹਦੇ ਨਾਲ ਗੱਲਬਾਤ ਚੱਲ ਰਹੀ ਹੈ, ਕਦੇ ਕਿਹਦੇ ਨਾਲ ਗੱਲਬਾਤ ਚੱਲ ਰਹੀ ਹੈ, ਕਦੇ ਕਿਤੇ ਫਸ ਰਹੀ ਹੈ, ਕਿਤੇ ਅੱਗੇ ਵੱਧ ਰਹੀ ਹੈਗੀ। ਹਰਿਆਣਾ 'ਚ ਕਾਂਗਰਸ ਦੂਜੀ ਸਭ ਤੋਂ ਵੱਡੀ ਪਾਰਟੀ ਉੱਭਰ ਕੇ ਸਾਹਮਣੇ ਆਈ ਹੈ। ਇਨਾਲੋ ਦਾ ਸੂਬਾ ਪਾਰਟੀ ਦਾ ਦਰਜਾ ਖੁੱਸ ਗਿਆ ਹੈਗਾ। JJP ਹੈ ਉਹ ਕਹਿੰਦੀ ਹੈ ਚਾਬੀ ਸਾਡੇ ਕੋਲੇ ਹੈਗੀ ਆ। ਮਹਾਰਾਸ਼ਟਰ ਵਿੱਚ NDA ਦੀ ਮੁੜ ਸਰਕਾਰ ਬਣੇਗੀ ਇਹ ਤੈਅ ਹੋ ਚੁੱਕਿਆ, ਪਰ ਸ਼ਿਵ ਸੈਨਾ 50-50 ਦੇ ਫਾਰਮੂਲੇ 'ਤੇ ਅੜ ਗਈ ਹੈ। ਅਤੇ ਬਹੁਤ ਸਾਰੇ ਟਵੀਟ ਵੀ ਇਹੋ ਜਿਹੇ ਕੀਤੇ ਜਾ ਰਹੇ ਹੈਗੇ ਆ, ਸਰਕਾਰ ਨੂੰ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਸਵਾਲ ਕੀਤੇ ਜਾ ਰਹੇ ਹੈਗੇ। ਹਰਿਆਣਾ ਮਹਾਰਾਸ਼ਟਰ ਵਿੱਚ ਬਹੁਤੀਆਂ ਥਾਵਾਂ 'ਤੇ ਆਪ ਦੀ ਜ਼ਮਾਨਤ ਜ਼ਬਤ ਹੋ ਗਈ ਆ, ਕਈ ਥਾਂ ਨੋਟਾਂ ਤੋਂ ਵੀ ਹਾਰ ਮਿਲੀ ਆ। ਪੰਜਾਬ ਵਿੱਚ ਵੀ ਤਕਰੀਬਨ ਉਹਨਾਂ ਦਾ ਇਹੀ ਹਾਲ ਰਿਹਾ ਗਿਆ। ਪੰਜਾਬ ਵਿੱਚ ਕੈਪਟਨ ਦਾ ਦਾਖਾ ਸੁਪਨਾ ਟੁੱਟ ਗਿਆ, ਸੁਖਬੀਰ ਆਪਣਾ ਗੜ੍ਹ ਜਲਾਲਾਬਾਦ ਨਹੀਂ ਬਚਾ ਸਕੇ। ਇੱਥੇ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਹੜੀ ਨੀਤੀ 'ਤੇ ਮੋਹਰ ਲਾਈ ਹੈ ਕਿ ਜਨਤਾ ਨੇ। ਦੇਸ਼ ਵਿੱਚ 2 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਹੋਈਆਂ, ਕੁੱਲ 18 ਸੂਬਿਆਂ 'ਚ ਸਿਆਸੀ ਦੰਗਲ ਸਜਿਆ। ਸਵਾਲ ਇੱਕੋ ਹੀ ਪੁੱਛਿਆ ਜਾਵੇਗਾ, ਵੱਡਾ ਸਵਾਲ ਇਹ ਪੁੱਛਿਆ ਜਾਵੇਗਾ ਇਸ ਡਿਬੇਟ ਦੇ ਵਿੱਚ, ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਦੇਸ਼ ਦੀ ਸਿਆਸਤ ਨੂੰ ਕਿਹੜੇ ਪਾਸੇ ਮੋੜਿਆ? ਇਸ ਸਵਾਲ 'ਤੇ ਬਹਿਸ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਸਤਿੰਦਰ ਸਿੰਘ ਬੈਂਸ, ਸੀਨੀਅਰ ਜਰਨਲਿਸਟ ਨੇ, ਬੈਂਸ ਸਾਹਿਬ ਦਾ ਲੰਬਾ ਤਜਰਬਾ ਹੈਗਾ, ਤਕਰੀਬਨ 3 ਦਹਾਕੇ ਹੋ ਗਏ ਨਾਲ ਪੱਤਰਕਾਰਤਾ ਕਰਦੇ ਹੋਏ। ਬੈਂਸ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਗੁਰਪ੍ਰੀਤ ਸਿੰਘ ਢਿੱਲੋਂ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਹੈਗੇ ਆ, ਯੂਥ ਲੀਡਰ ਨੇ, ਢਿੱਲੋਂ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਕਮਲਜੀਤ ਸਿੰਘ CPIML ਦੇ ਆਗੂ ਨੇ, ਅਤੇ ਕਮਲਜੀਤ ਸਿੰਘ ਹਮੇਸ਼ਾ ਇੱਕ ਵੱਖਰੀ ਸੋਚ ਅੱਗੇ ਰੱਖਦੇ ਹੈਗੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਹੜਾ ਖਲਾਅ ਜਿਹੜਾ ਪੈਦਾ ਹੋ ਗਿਆ ਅਤੇ ਉਸ ਖਲਾਅ ਨੂੰ ਖੱਬੇ ਪੱਖੀ ਭਰ ਸਕਣਗੇ ਕਿ ਨਹੀਂ ਭਰ ਸਕਣਗੇ। ਕਮਲਜੀਤ ਤੁਹਾਡਾ ਬਹੁਤ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ, ਵਰਿਆਂ ਤੋਂ ਇਸ ਰਾਜਨੀਤੀ ਨੂੰ ਵਾਚਦੇ ਆ ਰਿਹਾ ਹੈ ਕਿ ਪ੍ਰੋਫੈਸਰ ਮਨਜੀਤ ਸਿੰਘ ਸਮਝਣ ਦੀ ਕੋਸ਼ਿਸ਼ ਕਰਾਂ ਕਿ ਲੋਕ ਹੈ ਜਿਹੜੇ ਹੁਣ ਕੇਂਦਰੀ ਮੁੱਦਿਆਂ ਤੋਂ ਜਿਹੜੇ ਸਥਾਨਕ ਮੁੱਦੇ ਹੈਗੇ ਆ ਜਾਂ ਸੂਬਾਈ ਮੁੱਦੇ ਹੈਗੇ ਉਹਨਾਂ ਵੱਲ ਮੁੜੇ ਹੈਗੇ ਆ, ਜਾਂ ਉਹਨਾਂ ਨੇ ਪਾਰਟੀ ਨੂੰ ਛੱਡ ਕੇ ਲੀਡਰਾਂ ਨੂੰ ਚੁਣਨਾ ਸ਼ੁਰੂ ਕੀਤਾ ਹੈਗਾ, ਜਾਂ ਫੇਸ ਵੈਲਿਊ ਹੈ ਜਿਹੜੀ ਉਹ ਘੱਟ ਰਹੀ ਹੈ ਜਾਂ ਵੱਧ ਰਹੀ ਹੈਗੀ ਆ, ਸਾਰੇ ਸਵਾਲ ਪ੍ਰੋਫੈਸਰ ਮਨਜੀਤ ਸਿੰਘ ਤੋਂ ਲਵਾਂਗੇ। ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਗੁਰਪ੍ਰੀਤ ਸਿੰਘ ਢਿੱਲੋਂ ਤੁਹਾਨੂੰ ਕਰਨਾ ਚਾਹੂੰਗਾ। ਪਹਿਲਾਂ ਤਾਂ ਤੁਸੀਂ ਮੁਬਾਰਕਾਂ ਲੈਣਾ ਚਾਹੋਗੇ, ਮੁਬਾਰਕਾਂ ਲੈ ਲਓ, ਪਰ ਮੁਬਾਰਕਾਂ ਦੇ ਵਿੱਚ ਹੁਣ ਲੂਣ ਜ਼ਿਆਦਾ ਪੈ ਗਿਆ, ਮੈਨੂੰ ਲੱਗਦਾ ਮਿੱਠਾ ਘੱਟ ਹੈ। ਨਹੀਂ, ਲੂਣ ਵਾਲੀ ਗੱਲ ਕੋਈ ਨਹੀਂ ਹੈ, ਨਤੀਜੇ ਆਏ ਨੇ, ਠੀਕ ਨੇ। ਮਹਾਰਾਸ਼ਟਰ ਦੇ ਵਿੱਚ ਵਧੀਆ ਬਹੁਮਤ ਨਾਲ ਸਰਕਾਰ ਬਣਨ ਜਾ ਰਹੀ ਹੈ, ਹਰਿਆਣਾ 'ਚ ਵੀ ਸਰਕਾਰ ਬਣ ਰਹੀ ਹੈ, ਔਰ ਠੀਕ ਹੈ ਤੁਹਾਡੀ ਗੱਲ ਕਿ ਕੁਝ ਸੀਟਾਂ ਘੱਟ ਰਹਿ ਗਈਆਂ ਹਰਿਆਣੇ ਦੇ ਅੰਦਰ, ਕਈ ਕਾਰਨ ਰਹਿੰਦੇ ਨੇ, ਇਹਦੇ ਬਾਰੇ ਅਸੀਂ ਚਿੰਤਨ ਕਰਾਂਗੇ, ਬੈਠਾਂਗੇ, ਵਿਚਾਰ ਕਰਾਂਗੇ, ਪਰ ਸਰਕਾਰ ਇੱਥੇ ਵੀ ਬਣੇਗੀ ਔਰ ਠੀਕ ਠਾਕ ਚੱਲੇਗੀ। ਪਰ ਲੋਕਾਂ ਨੇ ਦੱਸਤਾ ਨਾ ਵੀ ਹੁਣ ਤੁਸੀਂ ਕਿੱਧਰ ਸੋਚਣਾ ਹੈਗਾ? ਨਹੀਂ, ਲੋਕਾਂ ਇਹ ਤਾਂ ਮੰਥਨ ਕਰਨਾ ਹੀ ਪੈਣਾ ਨਾ, ਜਿਹੜਾ 370 ਜਾਂ ਹੋਰ ਰਾਸ਼ਟਰਵਾਦ ਦੇ ਮੁੱਦੇ ਹੈਗੇ ਆ ਉਸ ਤੋਂ ਪਾਸੇ ਹੋਣਾ ਪਊਗਾ, ਬੇਰੁਜ਼ਗਾਰੀ ਦੀ ਗੱਲ ਕਰਨੀ ਪਊਗੀ, ਲੋਕਾਂ ਦੇ ਜ਼ਮੀਨੀ ਮੁੱਦਿਆਂ ਦੀ ਗੱਲ ਕਰਨੀ ਪਊਗੀ। ਹੁਣ ਸ਼ੀਸ਼ਾ ਤਾਂ ਦਿਖਾਤਾ ਲੋਕਾਂ, ਦੇਸ਼ ਦੇ ਵਿੱਚ ਬਹੁਤ ਸਾਰੇ ਸੂਬਿਆਂ ਦੇ ਵਿੱਚ ਜ਼ਿਮਨੀ ਚੋਣਾਂ ਵੀ ਸਨ, ਬਹੁਤ ਸਾਰੇ ਸੂਬਿਆਂ ਦੇ ਵਿੱਚ 2 ਜਿਵੇਂ ਦੱਸਿਆ ਕਿ ਲੋਕ ਸਭਾ ਦੀ ਵੀ ਹੋਈ ਹੈ, ਔਰ ਨਾਲ ਦੀ ਨਾਲ ਜਿਹੜੇ ਹਰ ਸੂਬੇ ਦਾ ਆਪਣਾ ਆਪਣਾ ਅੱਡ ਅੱਡ ਏਜੰਡਾ ਹੁੰਦਾ, ਪਰ ਇੱਕ ਗੱਲ ਸੋਚਣ ਵਾਲੀ ਇਹ ਹੈ ਕਿ ਸਾਰੇ ਸੂਬੇ ਰਲ ਕੇ ਹੀ ਦੇਸ਼ ਬਣਦਾ, ਔਰ ਦੇਸ਼ ਦੇ ਮੁੱਦੇ ਹਰ ਸੂਬੇ ਦੇ ਉੱਤੇ ਉਨੇ ਹੀ ਪ੍ਰਭਾਵੀ ਢੰਗ ਨਾਲ ਲਾਗੂ ਹੁੰਦੇ ਨੇ ਜਿਵੇਂ ਦੂਸਰੇ ਸੂਬੇ 'ਤੇ ਹੁੰਦੇ ਆ। ਸੋ ਇਸ ਕਰਕੇ ਨਾ ਤਾਂ ਨੈਸ਼ਨਲ ਇਸ਼ੂ ਨੂੰ ਆਪਾਂ ਅੱਖੋਂ ਪਰੋਖਾ ਕਰ ਸਕਦੇ ਹਾਂ, ਨਾਲ ਦੀ ਨਾਲ ਸਾਨੂੰ ਸੂਬੇ ਦੇ ਜਿਹੜੇ ਵਿਸ਼ੇ ਨੇ ਉਹਨਾਂ ਦੇ ਉੱਤੇ ਵੀ ਗੰਭੀਰਤਾ ਦੇ ਨਾਲ ਨਾਲ ਮੈਂ ਬਾਹਲੇ ਅੰਕੜੇ ਵਿੱਚ ਨਹੀਂ ਜਾਊਂਗਾ। 5 ਮਹੀਨੇ ਪਹਿਲਾਂ ਹੀ ਮੋਦੀ ਸਾਹਿਬ ਦਾ ਮੈਜਿਕ ਇੱਥੇ ਚੱਲਦਾ ਪਿਆ ਸੀ, ਹਰਿਆਣਾ ਦੇ ਵਿੱਚ 10 ਜਾਂ 10 ਸੀਟਾਂ ਤੁਸੀਂ ਜਿੱਤ ਗਏ, ਤੇ ਹੁਣ ਤੁਹਾਨੂੰ ਤੁਸੀਂ ਹਾਲ ਦੇਖ ਲਓ। ਨਹੀਂ, ਹਾਲ ਕੋਈ ਇਹੋ ਜਿਹਾ ਹਾਲ ਬੇਹਾਲ ਨਹੀਂ ਹੋਇਆ ਵੀ ਠੀਕ ਹੈ ਕਿ ਅਸੀਂ ਬਿਲਕੁਲ ਕਹੀਏ ਵੀ ਸਾਡਾ ਬਿਲਕੁਲ ਡਾਊਨ ਆ ਗਏ ਆ। 5-6 ਸੀਟਾਂ ਸਾਡੀਆਂ ਘਟੀਆਂ ਨੇ, ਪਿਛਲੇ ਵਾਰ ਸਾਡੇ ਕੋਲ 47 ਸੀਟਾਂ ਸੀਗੀਆਂ, ਐਤਕੀ 40 ਰਹਿ ਗਈਆਂ, ਪਰ ਇਹ
कुछ इंडिविजुअल भी तय करती है इस गल नूं कि कोई लीडर का जिहड़ा लोकां नाल विहार है या लोकां दे विच विचरन का काम है वह बहुत कुछ मायने रखता है क्योंकि जिन्नी इलैक्शन छोटी हुंदी जांदी है लोक सभा की गलबात होर हुंदी है कि पार्टी के मैनीफेस्टो एजेंडे दे नाल चलदा सिस्टम फिर विधानसभा दे विच कुछ पर्सनल भी अपना जिहड़ा फेस वैल्यू हुंदी है मोदी साहब दा मैजिक नहीं कटिया ते नहीं बिल्कुल कोई मैजिक नहीं कटिया चलो मैं माड़ा दस देवां 6 महीने पहलां तुसीं वेख्या होया असीं अगे चलो माड़ा दस देवां अगे नालों मैं थोड़ा दस देवां तेनू सीटां लै के जित्ते तेनू साहब सुन लो जी मोदी साहब ने बल्लगढ़ च रैली की उत्थे भाजपा जित गई दादरी च की उत्थे आजाद उम्मीदवार जित गया एलनाबाद च की अनैलो जित गई रेवाड़ी च की कांग्रेस जित गई ते थनेसर ते होर कुरुक्षेत्र चौथे तुहाडा प्रभाव देखिया हैगा इस गल तो असीं इनकार नहीं हैगे पर मोदी साहब दा मैजिक अक्के नालों कटिया हैगा तुहानूं मन्ना इहदे च इह मैजिक घटण वाली कोई गल नहीं स्थानिक मुद्दे हुंदे ने छोटे छोटे कई इक वड्डी गल की इह है हरियाणे दा चुनाव फिर घूम फिर के आ के उह जातिवाद दे विच जाके फस गया जिहड़ा जातिवाद तो उपर उठ के असीं गल करदे सीगे एक डिवेलपमेंट दे मुद्दे नूं लैके गल करदे सीगे उह पर फिर भी किते ना किते ओपोजिशन ने उहनूं जातिवाद दे विच फसाउण दा काम कीता और जाति दे हिसाब नाल लोकां ने वोटां पाउण दा काम कीता इस करके थोड़ा बहुत किते कमी रह गई ठीक है कमलजीत जी मैं हरियाणा महाराष्ट्र दोनों दे जिक्र दे नाल इस डिबेट नूं शुरू करना चाहुंदा तुहाडे तों की सुनेहा क्या देखो सुनेहा जे आपां बहुत अंकड़िया के एनालिसिस दे विचों कोई मैसेज ड्रॉ करना चाहते हैं तो सब तो वड्डा अंकड़ा जिहड़ा हैगा मैनूं हरियाणे के मामले च लगता है कि थोड़े दिन पहला हुंदियां ने जदों लोक सभा दीआं चोणां तो 52% के करीब इन्हां दा शेयर है बीजेपी दा ते अज वो 36% के उत्ते रह गया हुण जे इसनूं पॉजिटिव फिगर पेश करनी होवे तो कह सकते हैं पिछली वारी असैम्बली दे विच 33% सी ऐतकी 36 हो गया लेकिन जो मैनूं लगता मैसेज गया कि जदों सारे देश के अंदर राजनीति जिहड़ी हैगी आ उह मंदिर मस्जिद के नां दे उत्ते सारे देश के राजनीति जी है वो असी बॉडर के उत्ते की हो रहा है उन्होंने लैके जब हरियाणे के प्रधानमंत्री ने भाषण देखी आप जी रैलियां का जिक्र कर रहे हो प्रधानमंत्री के सारिया रैलियां कोई लोकल हरियाणे के या यूथ के जो क्वेश्चन है सारियां बिल्कुल साइड पर रख के उन्होंने मेन एक मुद्दा जोड़ा है उभारिया तो मैंने लगता उस मुद्दे के उत्ते लोगों ने अपना वर्डिक्ट देता है तो वो एक बहुत ही पक्का ठक्का हिस्सा जिन्हों मैचुरिज्म जोड़ा है वो पसंद आ रहा है कि बॉडर के उत्ते पाकिस्तान सब सिखाता या कुछ करता या कश्मीरियों घर तुनता ज जनता दे फैसले च कौन फसा है जोड़ तोड़ की सियासत हो रही है जोड़ तोड़ की सियासत जनता की कहना चाहती थी सियासत को समझ के आया है यह समझने की कोशिश कर रहे हैं ब्रेक तो वापस आ रहे हैं सवाल एक पुछने सवाल असं ये पुछने विधानसभा चोणों के नतीजे ने देश की सियासत को किहड़े पासे मोड़िया बैंस साहब तुहानू कुछ लग्या कि देश की सियासत को हुण जनता थोड़ा जिहा मोड़न की कोशिश लगी हुई है जिस तरीके नाल सियासत साडे चल रही थी उस सियासत तो जनता शायद थोड़ा जिहा मूँह मोड़ रही है नहीं बड़ा क्लीयर मैसेज है ये बीजेपी वाले पढ़न ना पढ़न वो लहदा गल है या जानबूझ के मूँह मोड़ लैन पर बड़ा क्लीयर मैसेज हैगा कि जोड़े लोग है हूँ चीज़ों बर्दाश्त नहीं करे कि हर इशू में तुम जी अपनी कमजोरिया एक पाकिस्तान का नाँ लैके ढकन की कोशिश करते हैं ग्राउंड रियलिटी ये है कि इंडिया की बेरोज़गारी तो है ही है जी इकोनमी का बुरा हाल हो रहा है इकोनमी इन्नी बुरी हालत च है कि जी डी पी जी 5% तक भी जी इन्हें पहुँचने की आस नहीं हैगी जी 7% का टीचा ला के बैठे थे और देखो जी बेरोज़गारी पैदा हो रही है वो भी इकोनमी का बहुत बड़ा रोल हैगा और इकोनमी ठीक करने वास्ते कुछ नहीं किया जा रहा जी जे रिजर्व भी सगा रिजर्व बैंक के कोल वो भी इन्होंने ले लिया टैक्सेस जोड़े इन्ने वधाई जा रहे हैं और जड़िया कंपनियां जो कुछ हैंडपेक्ड कंपनीज है उन्होंने प्रमोट कर रहे हैं ये गल्लां जिहड़ियां है देखो लोग किन्नी देर बर्दाश्त कर सकते एक बार तुहानूं उन्होंने मौका दे दिता कि तुसीं उदों पुलवामा करवा के या हो गया वट एवर उदों तुसीं एक वोटां नैशनलिज्म दे नाँ ते लै लईआं पाकिस्तान दा नाँ हुआ खड़ा करके लै लईआं कदे तुसीं खालिस्तान दा नाँ वरत के लै लैंदे हो पंजाब दे विच कदे तुसीं बंगलादेश दा कदे किसी होर देश दा हुआ खड़ा करके लै लैंदे हो सो इह जिहड़ीआं चीज़ां बहुत देर नहीं चलदियां हुंदियां इन्हां एक टाइम तुसीं इक वार लै लिया हुण हरियाणे दे विच इन्हां ने पूरी कोशिश की फिर मोदी ने आके हुण जदों स्पीच भी सुणदे हो उहनूं पता लगदा कि झूठ बोल रहे आ तो लोग जिहड़े आ इस सैक्टर नूं समझण लग गए मैं लगदा बैंस साहब जे तुहानूं लगदा कि लोग समझण लग पए हैगे तो फिर लोगों को बधाई देनी चाहिए सर बिल्कुल लोगों को बधाई देनी चाहिए हरियाणे का तो बहुत तकड़ा मैसेज है महाराष्ट्र का चलो एक थोड़ी जी डिफरेंट उत्थे दी पोजीशन हैगी क्योंकि NCP सॉरी शिवसेना के नाल रल के इन्होंने जीती है जे कल्ली बीजेपी उत्थे लड़दी उत्थे भी इन्हों का यही हाल होना सीगा और हरियाणे के विच तुसीं देखो 10 मिनिस्टर इन्हों के हार गए
ਜਿਹੜੇ ਜਿਹਨਾਂ ਨੇ ਸਰਕਾਰ ਚਲਾਈ ਔਰ ਇੱਕ ਮੰਤਰੀ ਜਿਹੜਾ ਅਨਿਲ ਵਿਜ ਅੰਬਾਲੇ ਦੇ ਜਿੱਤੇ ਆ ਉਹ ਵੀ ਇਸ ਕਰਕੇ ਜਿੱਤ ਗਿਆ ਕਿਉਂਕਿ ਉੱਥੇ ਜਿਹੜਾ ਤੇ ਉਹ ਅਨਿਲ ਵਿਜ ਦੇ ਵੀ ਜਿਹੜੀ ਆ ਉਹ ਥਰਡ ਟ੍ਰਾਇੰਗੂਲਰ ਕੰਟੈਸਟ ਕਰਕੇ ਜਿੱਤ ਗਿਆ, ਕਾਂਗਰਸ ਦੀ ਵੋਟ ਡਿਵਾਈਡ ਹੋ ਗਈ ਜਿਹੜੀ ਸੈਕਿੰਡ ਨੰਬਰ ਤੇ ਉਹ ਵੀ ਇੰਡੀਪੈਂਡੈਂਟ। ਹਾਂ, ਤੋ ਇਸ ਕਰਕੇ ਜਿਹੜੀ ਇਹ ਇਹਨਾਂ ਦੀ ਹਾਲਤ ਹਰਿਆਣੇ 'ਚ ਹੋਈ ਆ, ਇੱਕ ਮੈਸੇਜ ਇਹਨਾਂ ਨੂੰ ਪੜ੍ਹਨਾ ਚਾਹੀਦਾ। ਔਰ ਹੁਣ ਵੀ ਜਿਹੜੀਆਂ ਜੋੜ ਤੋੜ ਕਰ ਰਹੇ ਆ, ਕੋਈ ਕਦੇ ਗੋਪਾਲ ਕਾਂਡੇ ਨੂੰ ਲੈ ਕੇ ਆਉਂਦੇ ਆ, ਕਦੇ ਕਿਸੇ ਨੂੰ ਲੈ ਕੇ ਆਉਂਦੇ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੇ ਅਗੇਂਸਟ ਜਾਣਗੀਆਂ ਅੱਗੇ ਵਾਸਤੇ ਜਿਹੜੀ ਅਗਲੀ ਅਸੈਂਬਲੀ ਇਲੈਕਸ਼ਨ ਲੜਨੀ ਹੈ। ਇਹ ਭੁੱਲ ਜਾਣ ਕਿ ਇਹ ਕੋਈ ਪਾਕਿਸਤਾਨ ਦੇ ਮੁੱਦੇ 'ਤੇ ਜਾਂ ਨੈਸ਼ਨਲਿਜ਼ਮ 'ਤੇ ਲੜ ਸਕਣਗੇ, ਜੇ ਪਰਫੋਰਮ ਕਰਨਗੇ ਤਾਂ ਇਹ ਅੱਗੇ ਨੂੰ ਸਰਵਾਈਵ ਕਰਨਗੇ, ਨਹੀਂ ਤਾਂ ਇਹ ਬੀਜੇਪੀ ਦਾ ਹਾਲ ਉਹ ਹੁਣ ਦੇ ਦੋ ਸੀਟਾਂ ਦੇ ਤੱਕ ਵਾਰੀ ਪਹੁੰਚ ਗਈ ਸੀਗੀ ਇਹ, ਕਿਉਂਕਿ ਇਹਨਾਂ ਦੀ ਹਾਲਤ ਇਹ ਹੈਗੀ ਆ ਕਿ ਝੂਠ ਬੋਲਦੇ ਆ ਹੁਣ, ਜਿਵੇਂ ਢਿੱਲੋਂ ਸਾਹਿਬ ਕਹਿ ਰਹੇ ਸੀਗੇ ਕਿ ਅਸੀਂ ਤਾਂ ਡਿਵੈਲਪਮੈਂਟ ਦੇ ਮੁੱਦੇ 'ਤੇ ਇਲੈਕਸ਼ਨ ਲੜੀ ਹੈ, ਜਦਕਿ ਰਿਐਲਿਟੀ ਇਹ ਆ ਕਿ ਇਹ ਇਹ ਇੱਕ ਪਾਰਟੀ ਹੈ ਜਿਹੜੀ ਜਾਤ ਪਾਤ ਔਰ ਕਮਿਊਨਲ ਡਿਵਾਈਡ ਦੇ ਉੱਤੇ ਇਲੈਕਸ਼ਨ ਲੜਦੇ ਆ। ਹਰ ਸਟੇਟ ਦੇ ਵਿੱਚ ਇਹਨਾਂ ਨੇ ਪਾੜੇ ਪਾਏ ਲੋਕਾਂ ਦੇ, ਹਿੰਦੂ ਮੁਸਲਮਾਨ ਨੂੰ ਲੜਾਉਂਦੇ ਆ, ਸਿੱਖਾਂ ਨੂੰ ਲੜਾਉਂਦੇ ਆ, ਕਦੀ ਵੀ ਨਹੀਂ, ਕਦੇ ਵੀ ਨਹੀਂ, ਇਹ ਕਹਿਣ ਕਰਕੇ ਦੇ ਵਿੱਚ ਇਹਨਾਂ ਦਾ ਨਹੀਂ ਹੋਇਆ ਸਾਡੇ ਇਹ ਰਾਜ ਦੇ ਵਿੱਚ। ਇੱਕ ਮਿੰਟ ਪ੍ਰਸਮਜੀਤ ਸਿੰਘ, ਹਰਿਆਣਾ ਮਹਾਰਾਸ਼ਟਰ ਦੇ ਵਿੱਚ ਜੋ ਨਤੀਜੇ ਆਏ ਹੈਗੇ, ਮੈਂ ਪੰਜਾਬ ਦੀ ਗੱਲ ਕਰੂੰਗਾ, ਬਿਹਾਰ ਦੀ ਵੀ ਗੱਲ ਕਰਨੀ ਹੈਗੀ, ਸਾਰੇ ਸੂਬਿਆਂ ਦੀ ਗੱਲ ਕਰਨੀ ਹੈਗੀ ਹੈ, ਜੋ ਹਰਿਆਣਾ ਮਹਾਰਾਸ਼ਟਰ ਨੇ ਸੁਨੇਹਾ ਦਿੱਤਾ ਹੈਗਾ, ਇਸ ਸੁਨੇਹੇ ਤੋਂ ਦੋ ਚੀਜ਼ਾਂ ਵੱਖ ਵੱਖ ਸਮਝ ਆਉਂਦੀਆਂ, ਹਰਿਆਣਾ ਵਾਲੇ ਕੁਛ ਹੋਰ ਸੋਚਦੇ ਪਏ ਆ ਅਤੇ ਮਹਾਰਾਸ਼ਟਰ ਵਾਲੇ ਕੁਛ ਹੋਰ ਸੋਚਦੇ ਪਏ ਆ? ਨਹੀਂ, ਦੋਵੇਂ ਜਗ੍ਹਾ ਅਸਰ ਹੋਇਆ ਆ। ਇਹ ਇੰਨਾ ਆ ਕਿ ਉੱਥੇ ਓਬਵੀਅਸ ਇਸ ਕਰਕੇ ਨਹੀਂ ਹੋ ਰਿਹਾ ਕਿਉਂਕਿ ਉਹਨਾਂ ਦੀ ਮੈਜੋਰਿਟੀ ਸ਼ਿਵ ਸੈਨਾ ਦੇ ਨਾਲ ਜੋੜ ਕੇ ਬਣ ਰਹੀ ਆ, ਪਰ ਸ਼ਿਵ ਸੈਨਾ ਦੇ ਨਾਲ ਇਹਨਾਂ ਨੇ ਜਿਹੜਾ ਪਹਿਲਾ ਵਾਅਦਾ ਕੀਤਾ ਸੀ ਕਿ ਅਸੀਂ ਅੱਧੀ ਅੱਧੀ ਪਾਵਰ ਸ਼ੇਅਰ ਕਰਾਂਗੇ, ਉਹ ਜਾਣੀ ਅੱਧੀਆਂ ਮਿਨਿਸਟਰੀਆਂ ਜਾਣੀ ਜਾਂ ਢਾਈ ਢਾਈ ਸਾਲ ਕਹਿ ਲਓ ਜਾਂ ਅੱਧੀ ਮਿਨਿਸਟਰਸ਼ਿਪ ਹਾਂ ਢਾਈ ਢਾਈ ਸਾਲ ਵਾਲਾ ਸ਼ੇਅਰ ਕਰਾਂਗੇ। ਉਹਦੇ ਤੋਂ ਹੁਣ ਬੀਜੇਪੀ ਨੂੰ ਥੋੜ੍ਹੀ ਜਿਹੀ ਤਕਲੀਫ ਹੋ ਰਹੀ ਆ, ਉੱਥੇ ਵੀ ਉਹਨਾਂ ਨੇ ਆਲਰੇਡੀ ਸ਼ਿਵ ਸੈਨਾ ਨੇ ਥੋੜ੍ਹੀਆਂ ਅੱਖਾਂ ਦਿਖਾਉਣੀਆਂ ਸ਼ੁਰੂ ਕਰਤੀਆਂ, ਇਸ ਕਰਕੇ ਉੱਥੇ ਵੀ ਆਪਣੀਆਂ ਪ੍ਰੋਬਲਮ ਜੋ ਹਰਿਆਣੇ 'ਚ ਵੀ ਪ੍ਰੋਬਲਮ ਆਈਆਂ, ਅਤੇ ਇਸ ਕਰਕੇ ਇਹ ਜਿੱਤਣ ਦੇ ਬਾਵਜੂਦ ਵੀ ਬੜਾ ਨਿਰਾਸ਼ਾਜਨਕ ਬੀਜੇਪੀ ਦੇ ਦਫ਼ਤਰਾਂ ਦੇ ਵਿੱਚ ਮਾਹੌਲ ਸੀਗਾ। ਵਿੱਚੇ ਪਹਿਲਾਂ ਪਟਾਕੇ ਜੇ ਚਲਾਤੇ, ਉਹ ਕਹਿੰਦੇ ਕੋਈ ਲੱਡੂ ਵੀ, ਕੋਈ ਟਰੱਕ ਖੜ੍ਹੇ ਸੀ ਉਹ ਉੱਥੇ ਖੜ੍ਹੇ ਰਹਿ ਗਏ, ਤਾਂ ਵਿੱਚੇ ਫਿਰ ਚੁੱਪ ਵੀ ਕਰ ਗਏ ਕਿ ਨਾ 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 ਠਹਿਰ ਜਾਓ। ਜਿਹੜੀ ਪ੍ਰੈਸ ਕਾਨਫਰੰਸ ਵੀ ਹੋਈ ਪਾਰਟੀ ਦੇ ਦਫ਼ਤਰ ਦੇ ਵਿੱਚ, ਉਹ ਝੂਠਾ ਜਿਹਾ ਹਾਸਾ ਲੱਗਦਾ ਸੀਗਾ, ਦਿਲੋਂ ਕੋਈ ਹਾਸੇ ਬਹੁਤੀ ਖੁਸ਼ੀ ਵਾਲੀ ਗੱਲ ਨਹੀਂ ਸੀ। ਇਹ ਗੁਰਪ੍ਰੀਤ ਜੀ ਵੀ ਮੰਨਦੇ ਆ ਕਿ ਸਾਨੂੰ ਜੋ ਉਮੀਦਾਂ ਸੀਗੀਆਂ ਉੱਥੇ ਅਸੀਂ ਨਹੀਂ ਪਹੁੰਚੇ, ਉੱਥੇ 220 ਲੈਣੀਆਂ, ਕਿਉਂਕਿ ਇਹਨਾਂ ਨੇ ਨਾਰਾ ਤਾਂ 75 ਪਾਰ ਦਾ ਦਿੱਤਾ ਸੀ ਹਰਿਆਣੇ 'ਚ ਵੀ। ਹਾਂ, ਇੱਥੇ 75 ਪਾਰ ਦਾ ਸੀ, ਉੱਥੇ 220 ਦਾ ਸੀਗਾ, ਪਰ ਉਹ ਹੁਣ ਮੇਰਾ ਖਿਆਲ ਹੈ ਕਿ ਜਿਹੜਾ NCP ਦੇ ਸ਼ਰਦ ਪਵਾਰ ਆ ਉਹਨਾਂ ਨੇ ਕਾਫੀ ਦੱਸ ਦਿੱਤਾ ਕਿ ਇੰਨਾ ਸੌਖਾ ਕੰਮ ਨਹੀਂ ਹੁੰਦਾ, ਤੁਸੀਂ ਜਿਹਦੇ ਮਰਜ਼ੀ ਪਿੱਛੇ ED ਲਾ ਦਿੰਦੇ ਹਾਂ, CBI ਲਾ ਦਿੰਦੇ ਹਾਂ ਚੱਕ ਕੇ, ਅਤੇ ਉਹਦਾ ਜਿਹੜਾ ਉਹਨਾਂ ਨੇ ਰਿਜ਼ਲਟ ਦੱਸਿਆ। ਇਸ ਕਰਕੇ ਇਹ ਜਿਹੜੀਆਂ ਹੁਣ ਦੇ ਰਿਜ਼ਲਟ ਆਏ ਆ ਨਾ, ਇਹਦੇ 'ਚ 3-4 ਗੱਲਾਂ ਬੜੀਆਂ ਸਮਝਣ ਵਾਲੀਆਂ ਹੈਗੀਆਂ। ਇੱਕ ਤਾਂ ਬਿਲਕੁਲ ਤੁਸੀਂ ਪੋਲੀਟਿਕਸ ਨੂੰ ਇਕਨੋਮੀ ਤੋਂ ਅਲੱਗ ਨਹੀਂ ਕਰ ਸਕਦੇ, ਜਿਵੇਂ ਪਿੱਛੇ ਹੋ ਗਿਆ, ਤੁਸੀਂ ਜਾ ਕੇ ਪੁਲਵਾਮਾ ਦਾ ਜਾਂ ਬਾਲਾਕੋਟ ਦੇ ਇਸ਼ੂ ਦੇ ਉੱਤੇ ਨੈਸ਼ਨਲ ਇਲੈਕਸ਼ਨ 'ਤੇ ਭਾਵਕ ਕਰਕੇ ਲੜ ਗਏ, ਉਹ ਇੱਕ ਵਾਰੀ ਤੁਹਾਨੂੰ ਪਤਾ ਰਾਜੀਵ ਗਾਂਧੀ ਵੀ ਜਿਹੜੇ ਸਿੱਖਾਂ ਦੇ ਉਹਦੇ ਸਾਰੇ ਕੁੱਟਮਾਰ ਤੋਂ ਬਾਅਦ ਜਿਹੜੀਆਂ ਆ 400 ਤੋਂ ਉੱਪਰ ਲੈ ਗਏ ਸੀ, ਉਨੀਆਂ 'ਤੇ ਨੇੜੇ ਤੇੜੇ ਨਹੀਂ ਪਹੁੰਚੇ, 303 ਲੈ ਕੇ ਗਏ ਆ। ਇਸ ਕਰਕੇ ਇਹ ਹੁੰਦਾ, ਬੰਗਲਾਦੇਸ਼ ਵੇਲੇ ਵੀ ਇੰਦਰਾ ਗਾਂਧੀ ਇੱਕ ਵਾਰੀ ਮਾਰ ਗਈ ਸੀ, ਇਹ ਤਾਂ ਭਾਵਕ ਕਰਕੇ ਤੁਸੀਂ ਲੈ ਗਏ, ਉਹ ਨੈਸ਼ਨਲ ਮੁੱਦਾ ਸੀ ਕਿ ਸਾਨੂੰ ਸਟਰੋਂਗ ਲੀਡਰ ਚਾਹੀਦਾ, ਬੱਬਰ ਸ਼ੇਰ ਚਾਹੀਦਾ, ਅਤੇ ਉਹਨਾਂ ਨੂੰ ਮੋਦੀ 'ਚੋਂ ਬੱਬਰ ਸ਼ੇਰ ਦੇਖਦਾ ਸੀਗਾ। ਪਰ ਸੂਬਿਆਂ ਦੇ ਵਿੱਚ ਵੀ ਤੁਸੀਂ ਉਹੀ ਗੱਲ ਵੀ ਇਹ ਤੁਹਾਨੂੰ ਹੁਣ ਇੱਕ ਗਿੰਦੜ ਸਿੰਘ ਹੀ ਮਿਲ ਗਈ ਹੈ, ਜਿੱਥੇ ਮਰਜ਼ੀ ਘਸਾਓਗੇ ਅਤੇ ਇਹਦੇ ਨਾਲ ਸਾਰੇ ਬੰਦੇ ਜਿੱਤ ਜਾਣਗੇ, ਉਹ ਨਹੀਂ ਹੋਇਆ। ਇੱਥੇ ਮੈਨੂੰ ਬੜੀ ਹੈਰਾਨੀ ਹੋ ਰਹੀ ਸੀ ਕਿ ਜਾ ਕੇ ਜਿੱਥੇ ਵੀ ਭਾਸ਼ਣ ਦਿੱਤੇ, ਮਹਾਰਾਸ਼ਟਰ 'ਚ ਵੀ, ਇੱਥੇ ਵੀ ਇੱਕੋ ਗੱਲ ਦੇ ਭਾਸ਼ਣ ਦਿੱਤੇ ਆ, ਦੇਖੋ ਜੀ ਅਸੀਂ ਧਾਰਾ 370 ਹਟਾਤੀ ਆ, ਵਿਰੋਧੀਆਂ ਦਾ ਜੇ ਇੰਨਾ ਦਮਖਾਮਿਆਂ ਅਤੇ ਉਹ ਆਪਣੇ ਮੈਨੂਫੈਸਟੋ ਦੇ ਵਿੱਚ ਉਹਦੇ ਹੱਕ ਦੇ ਵਿੱਚ ਪਾ ਕੇ ਦੱਸਣ ਸਾਡੇ ਮੁਕਾਬਲੇ 'ਤੇ, ਇਹਦਾ ਮਤਲਬ ਉੱਥੇ ਬਿਲਕੁਲ ਸਟਾਰਸ ਨੂੰ ਵੀ ਨਕਾਰ ਰਹੇ ਹੁਣ ਵੋਟਰ, ਸਟਾਰਸ ਨੂੰ ਵੀ ਨਕਾਰ ਰਹੇ ਹੈਗੇ। ਸਨੀ ਦਿਓਲ ਗਏ ਰੋਡ ਸ਼ੋਅ ਕਰਨ ਹਰਿਆਣੇ ਦੇ ਵਿੱਚ, ਜਿੱਥੇ ਇੱਥੇ ਗਏ ਉੱਥੇ ਹਾਰ ਗਏ, ਫਗਵਾੜੇ 'ਚ ਗਏ ਉੱਥੇ ਹਾਰ ਗਏ, ਉੱਥੇ ਕਹਿੰਦੇ ਸੀ ਨਲਕਾ ਪੱਟਣਾ ਹੈਗਾ, ਉੱਥੇ ਉਹਨਾਂ ਉਮੀਦਵਾਰਾਂ ਦੇ ਨਲਕੇ ਪੱਟੇ ਗਏ। ਮੈਂ ਤਾਂ ਹੀ ਇਹ ਕਹਿੰਦਾ ਨਾ ਕਿ ਇਹ ਕਹਿ ਰਹੇ ਕਿ ਅਸੀਂ ਕਮਿਊਨਲਾਈਜ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਇਹ ਕੀ ਸੀਗਾ? ਉਹ ਜੋ ਦੋ ਭਲਵਾਨ ਵੀ ਹਰਾਤੇ, ਉੱਥੇ ਦੋ ਭਲਵਾਨ ਵੀ ਹਰਾਤੇ, ਜਗੇਸ਼ਵਰ ਦੱਤ ਤੇ ਉਹ ਬਬੀਤਾ ਹਰਾਤੇ ਆ, ਇਹਨਾਂ ਦੇ ਅਭਿਮਨਿਊ ਜਿਹੜਾ ਸੀਗਾ ਉਹ ਐਡਾ ਵੱਡਾ ਫਾਈਨੈਂਸ ਮਿਨਿਸਟਰ, ਉਹਨੂੰ ਹਰਾਤਾ ਕਈ ਕੁਛ ਹਰਿਆਣੇ ਦੇ ਵਿੱਚ। ਉਹ ਹਰਨ ਦੀ ਗੱਲ ਮੈਂ ਕਹਿੰਦਾ, ਕਿਹੜੇ ਅਪਰੋਚ ਦੀ ਗੱਲ, ਇਲੈਕਸ਼ਨ 'ਚ ਅਪਰੋਚ ਕੀ ਸੀਗੀ, ਪੋਲੀਟਿਕਸ ਕੀ ਸੀ, ਲੋਕਾਂ ਦਾ ਮੁੱਦਾ ਕੋਈ ਸੀਗਾ ਹੀ ਨਹੀਂ, ਸਵਾਏ ਤੁਸੀਂ ਇਹੋ 24 ਘੰਟੇ ਹੁਣ ਅਗਲੀ ਵਾਰ ਨੂੰ ਬਾਬਰੀ ਮਸਜਿਦ ਲਿਆਓਗੇ, ਕਿਸੇ ਨੇ ਨਹੀਂ ਉਹ ਵੀ ਤੁਹਾਡਾ ਮਾਲ ਚੱਕਣਾ, ਹੁਣੇ ਸਮਝ ਲਓ, ਜੇ ਤੁਸੀਂ ਲੋਕਾਂ ਦਾ, ਹਾਂ ਉਹ ਵਿਕਣਾ ਨਹੀਂ ਹੈਗਾ ਹੁਣ, ਉਹ ਕੰਮ ਗੜਬੜ ਹੋ ਗਈ। ਇੱਕ ਮਿੰਟ ਜੀ, ਬਿਲਕੁਲ ਲਗਾਤਾਰ ਚੱਲ ਰਿਹਾ ਨਾ, ਸਾਨੂੰ ਦੇਖ ਰਿਹਾ ਸਾਡੇ ਸਾਹਮਣੇ, ਇਸ ਕਰਕੇ ਤੁਸੀਂ, ਤੁਹਾਨੂੰ ਹੁਣ ਗਰਾਊਂਡ ਰਿਐਲਿਟੀ ਜਿਹੜੀ ਬੈਂਸ ਸਾਹਿਬ ਕਹਿ ਰਹੇ ਆ ਉਹਨੂੰ ਐਡਰੈਸ ਕਰਨਾ ਹੀ ਪਊ, ਉਹ ਤੁਹਾਡੇ ਕੋਲ ਕੋਈ ਹੱਲ ਨਹੀਂ ਹੈਗਾ। ਠੀਕ ਠੀਕ ਹੈ,
ਕਮਲਜੀਤ ਮੈਂ ਆ ਰਿਹਾ ਗੁਰਪ੍ਰੀਤ ਲੋ ਆ ਰਿਹਾ ਮੈਂ ਤੁਹਾਨੂੰ ਪੂਰਾ ਮੌਕਾ ਦਊਂਗਾ ਕਮਲਜੀਤ ਜੀ ਇਉਂ ਲੱਗਦਾ ਕਿ ਵੋਟਰ ਹੁਣ ਪਹਿਲਾਂ ਜਿਵੇਂ ਸਾਇਲੈਂਟ ਹੁੰਦਾ ਸੀ ਤਾਂ ਫਿਰ ਵੀ ਵੋਟਰ ਨੂੰ ਪੜ੍ਹ ਲਿਆ ਜਾਂਦਾ ਸੀਗਾ ਹੁਣ ਜਿਹੜਾ ਵੋਟਰ ਸਾਇਲੈਂਟ ਹੋ ਰਿਹਾ ਹੁਣ ਉਹ ਪੜ੍ਹਨ ਦਾ ਮੌਕਾ ਨਹੀਂ ਦੇ ਰਿਹਾ ਉਹ ਕਹਿੰਦਾ ਮੈਂ ਜਦੋਂ ਬਟਨ ਦੱਬੂਗਾ ਉਦੋਂ ਹੀ ਦੱਸੂਗਾ ਉਦੋਂ ਹੀ ਦੱਸੂਗਾ ਬਿਲਕੁਲ ਇਹ ਗੱਲ ਠੀਕ ਹੈ ਕਿ ਵੋਟਿੰਗ ਦਾ ਪਹਿਲਾਂ ਤੋਂ ਕੋਈ ਬਹੁਤਾ ਅੰਦਾਜ਼ਾ ਨਹੀਂ ਹੈ ਲੇਕਿਨ ਇੱਕ ਦੂਜਾ ਕੰਮ ਜਿਹੜਾ ਪਹਿਲਾਂ ਤੋਂ ਕੀਤਾ ਜਾ ਰਿਹਾ ਸੀ ਜਿਹੜਾ ਕਿ ਐਕਚੁਅਲੀ ਰਿਜੈਕਟ ਹੋਇਆ ਉਹ ਇਹ ਸੀਗਾ ਕਿ ਜਿਹੜਾ ਮੀਡੀਆ ਦੇ ਰਾਹੀਂ ਜਿਹੜਾ ਇੱਕ ਬਹੁਤ ਵੱਡੀ ਪਰਸੈਪਸ਼ਨ ਪਬਲਿਕ ਦੇ ਵਿੱਚ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਲੈਂਦੇ ਸੀਗੇ ਤੇ ਉਹ ਪਿਛਲੀਆਂ ਚੋਣਾਂ ਵੇਲੇ ਚੱਲ ਵੀ ਗਈ ਸੀ ਖਤਰਨਾਕ ਕਿਸਮ ਦੀਆਂ ਰਿਪੋਰਟਾਂ ਜਿਹੜੀਆਂ ਸਰਕਾਰ ਦੀ ਜਿਹੜੀ ਰਿਐਲਿਟੀ ਜਿਹੜੀ ਹੈ ਸਾਹਮਣੇ ਉਹ ਕੱਢ ਰਹੀਆਂ ਸੀ ਠੀਕ ਜਿਸ ਦੌਰਾਨ ਇਲੈਕਸ਼ਨ ਪ੍ਰੋਪੇਗੰਡਾ ਚੱਲ ਰਿਹਾ ਉਸੇ ਦੌਰਾਨ ਸਾਹਮਣੇ ਆ ਰਿਹਾ ਭਾਰਤ ਜਿਹੜਾ ਹੈਗਾ ਉਹ ਉਹਦੀ ਹਾਲਤ ਜਿਹੜੀ ਹੈ ਬੇਰੁਜ਼ਗਾਰੀ ਦੇ ਵਿੱਚ ਕੀ ਹੈ ਭਾਰਤ ਜਿਹੜਾ ਹੈਗਾ ਉਸਦੀ ਭੁੱਖਮਰੀ ਦੇ ਵਿੱਚ ਹਾਲਤ ਚਲੋ ਬੇਰੁਜ਼ਗਾਰੀ ਦਰ ਦੇ ਵਿੱਚ ਹਰਿਆਣਾ ਜਿਹੜਾ ਹੈਗਾ ਉਹ ਮੂਹਰੇ ਸੀਗਾ ਸੋ ਉਹ ਨਿਕਲ ਕੇ ਆ ਗਿਆ ਇੱਕ ਗੱਲ ਜਿਹੜੀ ਮੈਂ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਕਿ ਇੱਕ ਤਾਂ ਦੇਖੋ ਪਿਛਲੀ ਸਰਕਾਰ ਦੀ ਪਰਫਾਰਮੈਂਸ ਦਾ ਰਿਪੋਰਟ ਕਾਰਡ ਜੇ ਇਸ ਇਲੈਕਸ਼ਨ ਨੂੰ ਆਪਾਂ ਸਮਝੀਏ ਤੇ ਮੈਜੋਰਿਟੀ ਮੰਤਰੀ ਜਿਹੜੇ ਨੇ ਉਹ ਹਾਰ ਜਾਂਦੇ ਨੇ ਰਿਪੋਰਟ ਕਾਰਡ ਤੇ ਸਪਸ਼ਟ ਹੈ ਵੀ ਲੋਕਾਂ ਨੇ ਦਸਾਂ ਦੇ ਵਿੱਚੋਂ ਦੋ ਨੰਬਰ ਦਿੱਤੇ ਨੇ ਨਕਾਰਿਆ ਪੂਰੇ ਤਰੀਕੇ ਨਾਲ ਨਕਾਰਿਆ ਮੈਂ ਕਹਿੰਦਾ ਵੋਟਿੰਗ ਪਰਸੈਂਟੇਜ 'ਚੋਂ ਵੀ ਦਿਖ ਰਿਹਾ ਉਹ ਇਹਨਾਂ ਦੇ ਮੰਤਰੀਆਂ ਦੀ ਜਿਹੜੀ ਹਾਰ ਹੈਗੀ ਹੈ ਉਹਦੇ 'ਚੋਂ ਵੀ ਦਿਖ ਰਿਹਾ ਦੂਜੀ ਜਿਹੜੀ ਚੀਜ਼ ਹੈ ਕਿਸੇ ਵੀ ਪਾਰਟੀ ਵਾਸਤੇ ਜਿਹੜਾ ਇਹਨਾਂ ਨੇ ਬਹੁਤ ਆਪਣਾ ਮੋਰਲ ਗਰਾਊਂਡ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਅਸੀਂ ਬਹੁਤ ਹੀ ਕੋਈ ਸਟਰੋਂਗ ਮੋਰੈਲਿਟੀ ਵਾਲੀ ਪਾਰਟੀ ਹਾਂ ਅਸੀਂ ਕੋਈ ਭਾਰਤ ਦੀ ਸੱਭਿਅਤਾ ਦੀ ਗੱਲ ਕਰਨੀ ਹੈ ਯੇ ਵੋ ਉਹ ਸਾਰੇ ਦਾ ਨਤੀਜਾ ਨਿਕਲ ਕੇ ਉਦੋਂ ਆਉਂਦਾ ਸਾਹਮਣੇ ਜਦੋਂ ਇਹ ਗੋਪਾਲ ਕਾਂਡਾ ਨੂੰ ਵੀ ਮਤਲਬ ਨਾਲ ਲੈਣ ਲਈ ਤਿਆਰ ਨੇ ਜਦੋਂ ਇਹ ਉੱਧਰ ਮੈਂ ਕਹਿੰਦਾ ਸਾਰੀ ਪੋਲਿਟਿਕਸ ਦਾ ਇਕੱਲਾ ਇਹਨਾਂ 'ਤੇ ਨਹੀਂ ਈਵਨ ਕਿ ਤੁਸੀਂ ਦੇਖੋ ਸ਼ਿਵ ਸੈਨਾ ਜਿਹੜੀ ਹੈਗੀ ਆ ਉਹ ਇੱਕ ਪਾਸੇ 50-50 ਦੇ ਫਾਰਮੂਲੇ ਦੀ ਗੱਲ ਇਹਨਾਂ ਨਾਲ ਕਰੀ ਬੈਠੀ ਹੈ ਦੂਜੇ ਪਾਸੇ ਉਹ ਇਹ ਵੀ ਕਹਿ ਰਹੀ ਹੈ ਕਿ ਸੰਭਾਵਨਾ ਹੋਰ ਪਾਸੇ ਵੀ ਦੇਖੀ ਜਾ ਸਕਦੀ ਹੈ ਯਾਨੀ ਮਾਮਲਾ ਕੀ ਹੈ ਕਿ ਸਾਰੀ ਇਹਨਾਂ ਦੀ ਜਿਹੜੀ ਸਿਆਸਤ ਦਾ ਪੂਰਾ ਦੇਸ਼ ਦਾ ਪੈਰਾਡਾਈਮ ਜਿਹੜਾ ਬਣਦਾ ਜਾ ਰਿਹਾ ਉਹ ਇਹ ਬਣਦਾ ਜਾ ਰਿਹਾ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਾਂਗਰਸ ਬੀਜੇਪੀ ਕੌਣ ਹੈ ਕੌਣ ਕਿਹਦੇ ਨਾਲ ਜੁੜ ਜਾਏਗਾ ਜਸਟ ਸਰਕਾਰ ਚਾਹੀਦੀ ਹੈ ਕਿਵੇਂ ਮਰਜ਼ੀ ਬਣ ਜਾਵੇ ਇਹ ਜਿਹੜੀ ਹਾਲਤ ਬਣ ਗਈ ਹੈ ਜਿਹਨੂੰ ਹਾਰਸ ਟ੍ਰੇਡਿੰਗ ਜਿਹੜੀ ਹਰਿਆਣੇ 'ਚ ਹੁਣ ਚੱਲ ਰਹੀ ਹੈ ਐਟ ਪ੍ਰੈਜੈਂਟ ਹੋਰ ਕੀ ਚੱਲ ਰਿਹਾ ਕੌਣ ਨਹੀਂ ਜਾਣਦਾ ਇਸ ਵੇਲੇ ਪੂਰੇ ਦੇਸ਼ ਦੇ ਵਿੱਚ ਕਿ ਇਸ ਵੇਲੇ MLA-ਆਂ ਦੀ ਮੁੱਲ ਪੈ ਰਹੇ ਨੇ ਉਹਨਾਂ ਦੀ ਖਰੀਦਦਾਰੀ ਹੋ ਰਹੀ ਹੈ ਪੂਰਾ ਡਟ ਕੇ ਲੱਗੀ ਹੋਈ ਹੈ ਬੀਜੇਪੀ ਉਸ ਦੇ ਵਿੱਚ ਸਭ ਤੋਂ ਮਤਲਬ ਜਿਹੜਾ ਰੈਡੀਕਲ ਚੈਂਪੀਅਨ ਬਣ ਜਾਏਗਾ ਮੈਂ ਕਹਿੰਦਾ ਉਹਦੀ ਸਰਕਾਰ ਬਣ ਜਾਏਗੀ ਇਹ ਸਰਕਾਰ ਬਣਨਾ ਸਿਰਫ ਇਸ ਗੱਲ ਦਾ ਸਬੂਤ ਹੋਏਗਾ ਕਿ ਇਹ ਬੰਦੇ ਮੋਸਟ ਰੈਡੀਕਲ ਚੈਂਪੀਅਨ ਜਿਹੜਾ ਹੈਗਾ ਖਰੀਦਦਾਰੀ ਦੇ ਵਿੱਚ ਇਹ ਨਿਕਲਿਆ ਉਹ ਅਮਿਤ ਸ਼ਾਹ ਨਿਕਲਿਆ ਤਾਂ ਹੋ ਜੂਗਾ ਜੇ ਕਾਂਗਰਸ ਕਰ ਗਈ ਆਪਣੇ ਬਾਰੇ ਸੋਚ ਲੈਣਾ ਸਰਕਾਰਾਂ ਦਾ ਕ੍ਰਿਟਿਸਿਜ਼ਮ ਹੁੰਦਾ ਸਰਕਾਰਾਂ ਨੂੰ ਸੁਣਨਾ ਹੀ ਪੈਂਦਾ ਸਰਕਾਰਾਂ ਨੂੰ ਪੇਸ਼ੈਂਸ ਵੀ ਰੱਖਣੀ ਪੈਂਦੀ ਹੈ ਬੋਲੋ ਜੀ ਸਦਕੇ ਕ੍ਰਿਟਿਸਿਜ਼ਮ ਕਰੋ ਪਰ ਚੱਜ ਨਾਲ ਕਰੋਗੇ ਢੰਗ ਨਾਲ ਹੈਲਦੀ ਕ੍ਰਿਟਿਸਿਜ਼ਮ ਹੀ ਹੋ ਰਿਹਾ ਇੰਨੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਦੋਂ ਦੀ ਸਾਡੀ ਸਰਕਾਰ ਆਈ ਹੈ ਨਾ ਤਾਂ ਗੁਜਰਾਤ ਨਾ ਦੇਸ਼ ਦੇ ਵਿੱਚ ਕਿਤੇ ਕੋਈ ਵੱਡੇ ਜਿਵੇਂ ਹਰ ਸਾਲ ਦੰਗੇ ਹੁੰਦੇ ਸੀ ਹਰ ਸਾਲ ਭ੍ਰਿਸ਼ਟਾਚਾਰ ਦੇ ਕਿਉਂ ਖੜੇ ਆ ਢਿੱਲੋ ਸਾਹਿਬ ਦੰਗੇ ਮੇਰੀ ਗੱਲ ਸੁਣ ਲਓ ਜੀ ਫਿਰ ਕੁਝ ਰਿਪੋਰਟ ਕਾਰਡ ਦੀ ਗੱਲ ਕਰ ਰਿਹਾ ਮੈਂ ਰਿਪੋਰਟ ਕਾਰਡ ਦੇ ਰਿਹਾ ਮੈਂ ਰਿਪੋਰਟ ਕਾਰਡ ਦੇ ਰਿਹਾ ਗੱਲ ਕਰ ਰਿਹਾ ਮੈਂ ਰਿਪੋਰਟ ਕਾਰਡ ਦੇ ਰਿਹਾ ਨਾ ਹਰ ਸਾਲ ਜਿਹੜੇ ਦੰਗੇ ਹੁੰਦੇ ਸੀ ਹਰ ਸਾਲ ਜਿਹੜੇ ਇੱਥੇ ਕਤਲੇਆਮ ਹੁੰਦੇ ਸੀਗੇ ਹਰ ਸਾਲ ਜਿਹੜੇ ਇੱਥੇ ਵੱਡੇ ਵੱਡੇ ਘੁਟਾਲੇ ਭ੍ਰਿਸ਼ਟਾਚਾਰ ਹੁੰਦੇ ਸੀਗੇ ਉਹ ਕੋਈ ਵੀ ਸਾਡੀ ਸਰਕਾਰ ਦੇ ਉੱਤੇ ਉਗੜ ਚੁੱਕਣ ਵਾਲਾ ਨਹੀਂ ਹੈਗਾ ਔਰ ਗੱਲ ਮੇਰੀ ਪੂਰੀ ਸੁਣ ਲਓ 2002 ਤੋਂ ਬਾਅਦ ਦਾ ਦੱਸ ਦੋ ਕੋਈ ਵੀ ਇੱਕ ਦੰਗਾ ਹੋਇਆ ਹੋਵੇ 2002 ਮੈਂ ਥੋੜਾ ਬ੍ਰੇਕ ਲੈਣਾ ਔਰ ਵੱਡੀ ਗੱਲ ਗਵਰਨਮੈਂਟ ਦੇ ਮੁੱਦੇ ਤੇ ਹੀ ਚੋਣ ਲੜਿਆ ਸੀ ਔਰ ਡਿਵੈਲਪਮੈਂਟ ਕਰਕੇ ਵਿਖਾਈ ਹੈ ਅੱਜ ਪਿੰਡ ਪਿੰਡ ਦੇ ਗਲੀਆਂ ਗਲੀਆਂ ਹਰਿਆਣੇ ਦੀਆਂ ਪੱਕੀਆਂ ਨੇ ਲੇਕਿਨ ਤੁਸੀਂ ਜਾਤੀਵਾਦ ਫੈਲਾ ਕੇ ਵਿਕਾਸ ਗਲੀਆਂ ਨਾਲੀਆਂ ਵਾਲਾ ਹੀ ਅਸੀਂ ਸੋਚ ਰਹੇ ਹਾਂ ਦੁਬਾਰਾ ਇਹਨੂੰ ਜਾਤੀਵਾਦ ਚ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਬ੍ਰੇਕ ਲਵਾਂਗੇ ਬ੍ਰੇਕ ਤੋਂ ਵਾਪਸ ਆਵਾਂਗੇ ਕਾਂਗਰਸ ਨੂੰ ਕੀ ਮਿਲਿਆ ਤੇ ਆਪਨੇ ਕੀ ਗਵਾਇਆ ਹੈਗਾ ਭਾਰਤੀ ਜਨਤਾ ਪਾਰਟੀ ਜਿਹੜਾ ਦਾਅਵਾ ਕਰਦੀ ਪਈ ਹੈਗੀ ਆ ਉਹ ਸਾਰੇ ਸਵਾਲ ਦੇ ਵਿਚਾਲੇ ਇਹ ਹੈਗੀ ਆ ਕਿ ਜਿਹੜੇ ਜ਼ਮੀਨੀ ਮੁੱਦੇ ਹੈਗੇ ਆ
ਜਿਹੜਾ ਭੁੱਖਮਰੀ ਦਾ ਸ਼ਿਕਾਰ ਹੈ, ਜਿਹੜੇ 20 ਕਰੋੜ ਲੋਕ ਹੈ, 20 ਕਰੋੜ ਬੱਚੇ ਆ ਜਿਹੜੇ ਭੁੱਖੇ ਸੋ ਜਾਂਦੇ ਹੈਗੇ ਭਾਰਤ ਦੇ ਵਿੱਚ, ਉਸ ਭਾਰਤ ਨੂੰ ਕਿੱਥੇ ਵਾਚਿਆ ਜਾਂਦਾ ਜਦੋਂ ਨਿਊ ਇੰਡੀਆ ਦੇ ਸੁਪਨੇ ਦਿਖਾਏ ਜਾਂਦੇ ਹੈਗੇ ਆ, ਉਹ ਭਾਰਤ ਕਿੱਥੇ ਸੁਣਦਾ ਹੈਗਾ? ਅਨਇੰਪਲਾਈਮੈਂਟ ਹੈ, ਉਹਦੀ ਦਰ ਵੱਧਦੀ ਪਈ ਹੈਗੀ ਆ, ਉਸ ਦੀ ਗੱਲ ਅਸੀਂ ਕਿੰਨੀ ਕਰਦੇ ਪਏ ਹੈਗੇ ਆ? ਇਕੋਨਮੀ ਦੇ ਵਿੱਚ ਅਸੀਂ ਕਿੱਥੇ ਖੜੇ ਹੈਗੇ ਆ? ਪ੍ਰਸਮ ਅਜੀਤ ਸਿੰਘ ਕਹਿੰਦੇ ਆ ਪੋਲੀਟਿਕਸ ਨੂੰ ਇਕੋਨਮੀ ਤੋਂ ਵੱਖ ਨਹੀਂ ਕੀਤਾ ਜਾ ਸਕਦਾ, ਪਰ ਇੱਥੇ ਵੱਖ ਕਰਕੇ ਕਿਉਂ ਦੇਖਿਆ ਜਾਂਦਾ? ਪੋਲੀਟਿਕਸ ਸਿਰਫ ਪਾਕਿਸਤਾਨ ਹੀ ਕਿਉਂ? ਬ੍ਰੇਕ ਤੋਂ ਵਾਪਸ ਆ ਰਿਹਾ। ਸਵਾਲ ਇੱਕ ਪੁੱਛ ਰਹੇ, ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਦੇਸ਼ ਦੀ ਸਿਆਸਤ ਨੂੰ ਕਿਹੜੇ ਪਾਸੇ ਮੋੜਿਆ? ਢੇਰੋ ਸਾਹਿਬ, ਤੁਸੀਂ ਆਪਣੀ ਗੱਲ ਪੂਰੀ ਕਰ ਸਕਦੇ? ਮੈਂ ਗੱਲ ਕਰਦਾ ਪਿਆ ਸੀਗਾ, 6 ਸਾਲ ਹੋ ਗਏ ਸਾਨੂੰ ਦੇਖਦਿਆਂ ਨੂੰ, ਹਰ ਇਲੈਕਸ਼ਨ ਤੋਂ ਬਾਅਦ ਕੀ ਮੋਦੀ ਦੀ ਹਵਾ ਰੁਕ ਗਈ, ਕੀ ਮੋਦੀ ਨਾਲ ਫੇਲ ਹੋ ਗਿਆ, ਕੀ ਮੋਦੀ ਨਾਲ ਇਹ ਹੋ ਗਿਆ। ਇਸ ਤੋਂ ਇਲਾਵਾ ਸਿਵਾਏ ਮੋਦੀ ਤੋਂ ਓਪੋਜੀਸ਼ਨ ਕੋਲ ਵੀ ਕੋਈ ਹੋਰ ਮੁੱਦਾ ਹੀ ਹੈ ਨੀਗਾ ਕਿ ਮੋਦੀ ਦੀ ਹਵਾ ਚੱਲ ਪਈ, ਰੁਕ ਗਈ, ਸੁਨਾਮੀ ਆ ਗਈ, ਆ ਗਈ। ਮੇਰਾ ਸਵਾਲ ਇਹ ਹੈ, ਤੁਸੀਂ ਖੁਦ ਮੋਦੀ ਕਰਦੇ ਰਹਿੰਦੇ ਹੋ, ਤੁਸੀਂ ਉੱਥੇ ਹਰਿਆਣਾ ਦੇ ਵਿੱਚ ਮਨੋਹਰ ਨੂੰ ਪ੍ਰਚਾਰਿਤ ਕਿਉਂ ਨਹੀਂ ਕਰ ਸਕਦੇ? ਨਹੀਂ, ਓਪੋਜੀਸ਼ਨ ਵਾਲਿਆਂ ਨੇ ਕੀਤਾ। ਮੈਡਮ ਮੈਡਮ ਪਲੀਜ਼ ਸਵਾਲ ਸੁਣੋ, ਇਦਾਂ ਨਾ ਕਰੋ। ਤੁਸੀਂ ਮਨੋਹਰ ਨੂੰ ਪ੍ਰਚਾਰਿਤ ਕਿਉਂ ਨਹੀਂ ਕਰ ਸਕਦੇ? ਮਨੋਹਰ ਲਾਲ ਬਿਲਕੁਲ ਚਿਹਰਾ ਸੀਗੇ ਪਿਛਲੀ ਇਲੈਕਸ਼ਨ ਦੇ ਵਿੱਚ, ਸਾਡੇ ਕੋਲ ਕੋਈ ਅਹੀਂ ਚਿਹਰਾ ਨਹੀਂ ਸੀ ਅੱਗੇ ਲੈ ਕੇ ਆਂਦਾ। ਇਸ ਵਾਰੀ ਮਨੋਹਰ ਲਾਲ ਚਿਹਰਾ ਸੀਗੇ, ਸੀਐਮ ਦਾ ਡਿਕਲੇਅਰ ਪਹਿਲਾਂ ਹੀ ਸੀਗਾ। ਜਿਹੜਾ ਨੁਕਸਾਨ ਹੋਇਆ ਮਨੋਹਰ ਕਰਕੇ ਹੋਇਆ, ਨੁਕਸਾਨ ਕੋਈ ਇਹਨੂੰ ਮੈਂ ਉਹ ਨਹੀਂ ਗਿਣਦਾ, ਕਿਉਂ ਠੀਕ ਹੈ 4 ਸੀਟਾਂ 6 ਘਟੀਆਂ ਨੇ ਪਹਿਲਾਂ ਨਾਲੋਂ। ਤੁਸੀਂ ਦੂਜੀ ਗੱਲ ਕੀਤੀ ਜਿਹੜੀ 75 ਵਾਲੀ, ਤੁਹਾਡੇ ਮੰਤਰੀ ਜਿਹੜੇ ਹਾਰੇ ਉਹਨਾਂ ਦਾ ਮਾਰਜਨ ਦੇਖੋ ਕਿੰਨਾ। ਮੈਂ ਸਮਝ ਗਿਆ ਤੁਹਾਡੀ ਗੱਲ, ਮੈਂ ਸੁਣ ਲਈ ਤੁਹਾਡੀ ਗੱਲ। ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਉਹ ਪਰਸਨਲ ਵੈਰੀ ਕਰਦਾ, ਸੀਟ ਟੂ ਸੀਟ ਵੈਰੀ ਕਰਦਾ, ਬੰਦੇ ਦਾ ਆਪਣਾ ਬਿਹੇਵੀਅਰ ਹੁੰਦਾ, ਉਹਦਾ ਆਪਣਾ ਸਿਸਟਮ ਹੁੰਦਾ, ਉਹ ਕਈ ਵਾਰੀ ਨਹੀਂ। ਯਾਨੀ ਕਿ ਮੰਤਰੀ ਦੀ ਮਾੜੀ ਸੀ, ਬੀਜੇਪੀ ਮੰਨਦੀ ਪਈ ਹੈ। ਮੈਂ ਇਹ ਕਹਿੰਦਾ ਕਿ ਕਿਸੇ ਪਰਸਨਲ ਦਾ ਕੀ ਲੋਕਾਂ ਨਾਲ ਬਿਹੇਵ ਹੈ, ਇਹ ਵੀ ਮੈਟਰ ਕਰਦਾ ਹੈ। ਇਸ ਲਈ ਯਾਨੀ ਕਿ ਮੰਤਰੀਆਂ ਨੇ ਜਨਤਾ ਦੀ ਨਹੀਂ ਸੁਣੀ, ਇਸ ਕਰਕੇ ਹਾਰ ਗਏ। ਗੱਲ ਜਨਤਾ ਦੀ ਸੁਣੀ ਦੀ ਨਹੀਂ ਗਈ, ਕੰਮ ਉਹਨਾਂ ਨੇ ਪੂਰੇ ਕੀਤੇ, ਇਮਾਨਦਾਰੀ ਦੇ ਨਾਲ ਕੀਤੇ, ਕਿਸੇ ਨੇ ਉੱਤੇ ਦਾਗ ਨਹੀਂ ਕੋਈ, ਕਿਸੇ ਦੇ ਉੱਤੇ ਉਂਗਲ ਨਹੀਂ ਕੋਈ, ਪਹਿਲੀ ਗੱਲ। ਔਰ ਦੂਜੇ ਸਾਰੇ ਜਿੰਨੇ ਪੁਰਾਣੀ ਸਰਕਾਰਾਂ ਚੱਲਦੀਆਂ ਸੀਗੀਆਂ, ਹਰ ਇੱਕ ਦੇ ਉੱਤੇ ਚਿੱਕੜ ਛਿੱਟੇ ਪਏ ਹੁੰਦੇ ਸੀਗੇ, ਕੁੜਤੇ ਉਹਨਾਂ ਦੇ ਮੈਲੇ ਹੋਏ ਹੁੰਦੇ ਸੀਗੇ, ਰੋਜ਼ ਭ੍ਰਿਸ਼ਟਾਚਾਰ, ਰੋਜ਼ ਇਹੋ ਜਿਹੇ ਕੇਸ ਆਉਂਦੇ ਸੀਗੇ, ਸਾਡੇ ਤੇ ਕੋਈ ਇਹੋ ਜਿਹਾ ਕੇਸ ਨਹੀਂ ਆਇਆ। ਔਰ ਦੂਜੀ ਗੱਲ ਇਹ, ਇਮਾਨਦਾਰੀ ਦੇ ਨਾਲ ਕੰਮ ਅਸੀਂ ਪੂਰੇ ਹਰਿਆਣੇ ਦੇ ਵਿੱਚ ਬਰਾਬਰ ਵਿਕਾਸ ਕੀਤਾ। ਪਹਿਲੀਆਂ ਸਰਕਾਰਾਂ ਸੀਗੀਆਂ, ਰੋਹਤਕ ਝੱਜਰ ਇਹਦੇ ਤੋਂ ਬਾਹਰ ਨਹੀਂ ਸੀ ਨਿਕਲਦੀਆਂ। ਉਹ ਜਾਂ ਜੇ ਚੁਟਾਲਾ ਸਾਹਿਬ ਦੀ ਸਰਕਾਰ ਆਉਂਦੀ ਸੀ ਤਾਂ ਉਹ ਉਹਨਾਂ ਦਾ ਸਰਸਾ ਹਿਸਾਰ ਉਸ ਪਾਸੇ ਲੱਗੇ ਰਹਿੰਦੇ ਸੀ। ਅੱਜ ਹਰ ਪੱਖ ਦੀ ਅਸੀਂ ਪੂਰੀ ਇਮਾਨਦਾਰੀ ਦੇ ਨਾਲ ਹਰ ਪਿੰਡ ਦਾ ਵਿਕਾਸ ਕੀਤਾ, ਹਰ ਪਾਸੇ ਵਿਕਾਸ। ਫਿਰ ਉਸ ਵਿਚਾਰਧਾਰਾ ਨੂੰ ਆਪਦੇ ਨਾਲ ਕਿਉਂ ਲੈ ਕੇ ਆਉਂਦੇ ਹੋ? ਲੇਕਿਨ ਉਹ ਵਿਚਾਰਧਾਰਾ ਸਿਰਫ ਆਪਦੇ ਇਲਾਕਿਆਂ ਦਾ ਵਿਕਾਸ ਕਰ ਰਹੀ ਸੀ, ਉਸ ਵਿਚਾਰਧਾਰਾ ਦੇ ਨਾਲ ਤੁਹਾਡੀ ਜਾਣੇ ਮਜਬੂਰੀ ਕਿਉਂ ਬਣੀ ਪਈ ਹੈ? ਨਾ ਜੋੜ ਤੋੜ ਕਰੋ, ਫਿਰ ਮਜਬੂਰੀ ਹੋਈ ਹੈ, ਚਟਾਲਿਆਂ ਦਾ ਜ਼ਿਕਰ ਕੀਤਾ ਹੈ, ਹੈ ਤਾਂ ਸਾਰਾ ਕੁਨਬਾ ਉਹਨਾਂ ਦਾ ਉਹੀ ਹੈ। ਸ਼੍ਰੀ ਮਾਨ ਜੀ, ਐਂ ਤਾਂ ਉਹਨਾਂ ਦੇ ਹਰ ਪਾਰਟੀ ਦੇ ਵਿੱਚ ਇੱਕ ਇੱਕ ਬੰਦਾ, 5 ਬੰਦੇ ਜਿੱਤ ਕੇ ਆਏ ਨੇ ਚਟਾਲਾ ਪਰਿਵਾਰ ਦੇ, ਤੁਸੀਂ ਕਿੱਥੋਂ ਲਾਓਗੇ ਉਹਨੂੰ? ਕਿਹੜੀ ਵਿਚਾਰਧਾਰਾ ਨੂੰ ਲਾਓਗੇ? ਉਹਨਾਂ ਦੇ ਟੱਬਰ ਦੇ ਵਿੱਚੋਂ 5 ਮੈਂਬਰ ਉਹ ਕਰਪਸ਼ਨ ਫ੍ਰੀ ਹੋ ਗਏ ਹੁਣ? ਨਹੀਂ, ਕਰਪਸ਼ਨ ਫ੍ਰੀ ਦੀ ਗੱਲ ਹੀ ਨਹੀਂ ਗੀ, ਕਰਪਸ਼ਨ ਫ੍ਰੀ ਹੋ ਗਈ। ਮੇਰੀ ਸੁਣੋ ਗੱਲ, ਸਰਕਾਰ ਕੀ ਗੱਲ, ਇਹਨੂੰ ਇਹ ਸਸਪੈਂਡਡ ਮੂਡ ਚ ਛੱਡ ਦਈਏ, ਸਰਕਾਰ ਨਾ ਬਣਾਵੇ ਤੇ ਕਾਂਗਰਸ ਨੂੰ ਬਣਾ ਲੈ ਦੋ। ਕਿਉਂ? ਕਾਂਗਰਸ ਵਾਲੇ ਬੜੇ ਦੁੱਧ ਧੁਲੇ ਨੇ, ਕਾਂਗਰਸ ਨੂੰ ਬਣਾ ਲੈ, ਕਿਉਂ ਬਣਾਉਂਦੇ ਹੋ ਸਰਕਾਰ ਦਾ? ਚਲੋ ਠੀਕ, ਜਦੋਂ ਮੈਜੋਰਟੀ ਪਾਵਰ ਸਾਡੇ ਕੋਲੇ ਹੈ, ਜਦੋਂ ਮੈਕਸਿਮਮ ਸੀਟਾਂ ਸਾਡੇ ਕੋਲੇ ਨੇ, ਕਾਂਗਰਸ ਨੂੰ ਕਿੱਦਾਂ ਬਣਾਉਂਦੇ? ਮੈਂ ਤਾਂ ਸਵਾਲ ਕਰ ਰਿਹਾ ਕਿਉਂਕਿ ਤੁਹਾਡੇ ਇਲਜ਼ਾਮ ਸੀ ਕਿ ਲਾ ਰਹੀ ਹੈ, ਕੋਈ ਇਲਜ਼ਾਮ ਨਹੀਂ, ਕੋਈ ਇਲਜ਼ਾਮ ਨਹੀਂ। ਔਰ ਦੂਜੀ ਗੱਲ, ਉਹਨਾਂ ਨੇ ਆਪਣੇ ਆਪ ਪਹਿਲ ਕਰਕੇ ਜਿਹੜਾ ਆਪਣਾ ਲੈ ਕੇ ਆਏ ਨੇ ਕਿ ਸਮਰਥਨ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਸਰਕਾਰ ਨੂੰ ਦੇਣ ਨੂੰ ਆਪਣੇ ਵੱਲੋਂ ਉਹਨਾਂ ਨੇ ਆਫਰ ਕੀਤੀ ਹੈ। ਠੀਕ ਹੈ, ਦੋਵਾਂ ਪਾਸਿਓਂ ਕੀਤੀ ਹੈ, ਜੇਜੇਪੀ ਨੇ ਵੀ ਕੀਤੀ ਹੈ, ਆਜ਼ਾਦ ਵਾਲਿਆਂ ਨੇ ਵੀ ਕੀਤੀ ਹੈ। ਇਹ ਤਾਂ ਹੁਣ ਹਾਈਕਮਾਂਡ ਨੇ ਦੇਖਣਾ ਕਿ ਕਿਹੜੇ ਮੋਡ ਦੇ ਵਿੱਚ ਸਰਕਾਰ ਬਣਾਉਂਦੇ ਆ। ਇਹ ਬੈਠੇ ਪ੍ਰੋਫੈਸਰ ਮਨਜੀਤ ਸਿੰਘ, ਤੁਹਾਡਾ ਦਾਵਾ ਲੈ ਲਿਆ ਨਾ, ਤੁਹਾਡਾ ਦਾਵਾ ਲੈ ਲਿਆ ਮੈਂ ਬਹਿਨ ਸਾਹਿਬ। ਢਿੱਲੋਂ ਸਾਹਿਬ ਨੇ ਇੱਕ ਬਹੁਤ ਵੈਲਿਡ ਪੁਆਇੰਟ ਚੱਕਿਆ ਹੈਗਾ, ਇਸ ਨੂੰ ਤੁਸੀਂ ਥੋੜ੍ਹਾ ਜਿਹਾ ਖੰਗਾਲ ਸਕਦੇ ਹੈਗੇ। ਇਹ ਕਹਿੰਦੇ ਆ ਕਿ ਉਹਨਾਂ ਨੇ ਆਪ ਆ ਕੇ ਹਮਾਇਤ ਦਿੱਤੀ, ਇਹਦਾ ਮਤਲਬ ਉਹ ਬੀਜੇਪੀ ਦੇ ਖਿਲਾਫ਼ ਜਾਂ ਸਰਕਾਰ ਦੇ ਖਿਲਾਫ਼ ਚੋਣਾਂ ਨਹੀਂ ਲੜੇ ਸੀਗੇ, ਇਹਨਾਂ ਦੀ ਹਮਾਇਤ ਕਰਕੇ ਚੋਣਾਂ ਲੜੇ ਸੀਗੇ? ਦੇਖੋ, ਪਹਿਲੀ ਗੱਲ ਤਾਂ ਵੀ ਜਿਹੜੀ ਚੁਟਾਲਿਆਂ ਨੂੰ ਵੀ ਵੋਟ ਪਈ ਆ, ਉਹਨੂੰ ਜੇਜੇਪੀ ਨੂੰ ਵੀ ਪਈ ਹੈ, ਉਹ ਐਂਟੀ ਬੀਜੇਪੀ ਵੋਟ ਪਈ ਹੈ। ਜਿਹੜੇ ਲੋਕ ਬੀਜੇਪੀ ਤੋਂ ਨਾਰਾਜ਼ ਸੀ, ਉਹ ਜਾਂ ਕਾਂਗਰਸ ਵੱਲ ਚਲੇ ਗਏ ਜਾਂ ਉੱਧਰ ਚਲੇ ਗਏ। ਸੋ ਇਸ ਕਰਕੇ ਜਿਹੜਾ ਇਹ ਵੀ ਕੰਬੀਨੇਸ਼ਨ ਬਣੇਗਾ, ਇਹ ਵੀ ਇੱਕ ਮੋਰਲ ਹੋਏਗਾ, ਇਲੀਗਲ ਹੋਏਗਾ, ਅਨਥਿਕਲ ਹੋਏਗਾ। ਕਿਉਂਕਿ ਹੁਣ ਜਿਹੜਾ ਤੁਸੀਂ ਮੋਰਲਿਟੀ ਤਾਂ ਕੋਈ ਰਹਿ ਨਹੀਂ ਗਈ, ਠੀਕ ਹੈ ਨਾ। ਜੇ ਤੁਸੀਂ ਗੋਪਾਲ ਕਾਂਡੇ ਵਰਗੇ ਬੰਦੇ ਨੂੰ ਅਪਰੋਚ ਕਰ ਸਕਦੇ ਹੋ, ਜੇ ਜਿਹਨੂੰ ਬੇਟੀ ਬਚਾਓ ਬੇਟੀ ਪੜਾਓ ਵਾਲੇ ਸਲੋਗਨ ਦੇ ਉਲਟ ਜਿਹੜਾ ਰੇਪ ਕੇਸ ਦੇ ਵਿੱਚ ਹਾਲੇ ਵੀ ਉਹਦੇ ਚੱਲ ਰਿਹਾ ਹੈ, ਗੋਪਾਲ ਕਾਂਡੇ ਨੂੰ ਜਿਤਾਇਆ ਕਿੰਨੇ ਹੈ? ਇੱਕ ਮਿੰਟ, ਗੋਪਾਲ ਕਾਂਡਾ ਬੀਜੇਪੀ ਨੇ ਟਿਕਟ ਦੇ ਕੇ ਨਹੀਂ ਸੀ ਖੜਾ ਕੀਤਾ? ਉਹ ਕਹਿੰਦਾ ਮੈਂ ਆਰਐਸਐਸ ਦਾ ਬੰਦਾ ਹਾਂ, ਪਬਲਿਕ ਦੇ ਵਿੱਚ ਰਿਹਾ ਸੀ, ਪਬਲਿਕ ਨੇ ਉਹਨੂੰ ਵੋਟਾਂ ਪਾਈਆਂ ਤਾਂ ਕਿਉਂ ਨਹੀਂ ਕਰਨਾ? ਉਹ ਕਹਿ ਰਿਹਾ ਮੈਂ ਆਰਐਸਐਸ ਦਾ ਬੰਦਾ ਹਾਂ, ਅਦਾਲਤ ਚ ਉਹਦਾ ਕੇਸ ਹੈ, ਅਦਾਲਤ ਉਹਨੂੰ ਅੱਗੇ ਸਜ਼ਾ, ਅੱਗੇ ਸੁਣੋ, ਉਹਨੂੰ ਪਬਲਿਕ ਦੀ ਅਦਾਲਤ ਚ ਗਿਆ, ਪਬਲਿਕ ਦੇਂਦੀ ਨਾ, ਅੱਗੇ ਸੁਣੋ, ਅੱਗੇ ਸੁਣੋ, ਕਿਉਂ ਜਿਤਾ ਕੇ ਭੇਜਿਆ? ਸਾਰੀ ਜ਼ਿੰਮੇਵਾਰੀ ਪਾਰਟੀ
ਰੋਕਣ ਦਾ ਕੀ 1917 ਦੀ ਰਿਪੋਰਟ, ਪਹਿਲਾਂ ਪਾਰਲੀਮੈਂਟ ਦੀ ਇਲੈਕਸ਼ਨ ਸੀਗੀ ਇਸ ਕਰਕੇ ਰੋਕੀ, ਫਿਰ ਹੁਣ ਦੀ ਮਹਾਰਾਸ਼ਟਰ ਅਤੇ ਹਰਿਆਣਾ ਦੀ ਇਲੈਕਸ਼ਨ 'ਚ ਇਸ ਕਰਕੇ ਰਿਪੋਰਟ ਰੋਕੀ। ਮਤਲਬ ਤੁਸੀਂ ਇੱਕ ਪਾਰਟੀ ਦਾ ਕਰੈਕਟਰ ਦੇਖੋ ਕਿ ਰਿਪੋਰਟ ਵੀ ਰੋਕ ਕੇ ਬੈਠੇ ਹੋਏ ਆ ਤਾਂ ਕਿ ਉਹਦਾ ਬੈਡ ਇਫੈਕਟ ਜਿਹੜਾ ਹਰਿਆਣੇ 'ਚ ਨਾ ਪਵੇ। ਔਰ ਅਗਲੇ ਦਿਨ ਆਈ ਆ ਜੇ ਰਿਪੋਰਟ, ਮੈਨੂੰ ਲੱਗਦਾ ਜੇ ਪਹਿਲਾਂ ਆ ਜਾਂਦੀ ਤਾਂ ਇਹ ਸਾਰਾ ਕੁਛ ਨੰਗਾ ਹੋ ਜਾਣਾ ਸੀ ਕਿ ਹਰਿਆਣੇ ਦੇ ਵਿੱਚ ਕੀ ਹਾਲਤ ਹੈ ਲਾਅ ਐਂਡ ਆਰਡਰ ਦੀ। ਠੀਕ ਹੈ, ਇੱਕ ਸਵਾਲ ਦਾ ਜਵਾਬ ਦਿਓ ਬਿਆਨ ਸਾਹਿਬ। ਇੱਕ ਕਮਲਜੀਤ ਹਰਾ ਨੇ ਗੱਲ ਕਹੀ ਸੀ ਕਿ ਮੋਦੀ ਸਾਹਿਬ ਨੇ ਜਿਹੜਾ ਪਾਣੀ ਵਾਲਾ ਸੁਨੇਹਾ ਉਹ ਪੰਜਾਬ ਨੂੰ ਦਿੱਤਾ, ਇਹਦਾ ਜਵਾਬ ਹੈ? ਬਿਲਕੁਲ, ਦੇਖੋ ਡਾਇਰੈਕਟਲੀ ਕਿ ਨਹੀਂ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਪੰਜਾਬ ਦਾ ਪਾਣੀ ਖੋ ਕੇ ਤੁਹਾਨੂੰ ਦੇ ਦਾਂਗੇ, ਮਤਲਬ ਉਹਦਾ ਇਹੀ ਸੀਗਾ ਕਿ ਜਿਹੜਾ ਪੰਜਾਬ ਨੂੰ, ਜਿਹੜਾ ਪੰਜਾਬ ਦੇ ਹਿੱਸੇ ਦਾ ਪਾਣੀ ਤੁਹਾਨੂੰ ਦੇਵਾਂਗੇ, ਉਹਦਾ ਜਿਹੜਾ ਹਿਡਨ ਮੈਸੇਜ ਇਹੀ ਸੀਗਾ ਉਹਨਾਂ ਨੂੰ। ਆਪਣੀ ਪਰਸੈਪਸ਼ਨ ਬਣਾ ਕੇ ਆਪਣੇ ਤਰੀਕੇ ਨਾਲ ਉਹਨੂੰ ਪਬਲਿਕ ਤੱਕ ਨਸ਼ਰ ਕਰ ਦਿੰਦੇ ਹੋ, ਤੁਹਾਨੂੰ ਕਿਹੜੇ ਪਾਸੇ ਕਹਿਤਾ ਵੀ ਪੰਜਾਬ ਦਾ ਪਾਣੀ, ਪਾਕਿਸਤਾਨ ਦਾ ਪਾਣੀ ਕਿਵੇਂ ਆਊਗਾ ਦੱਸੋ? ਪਰਸੈਪਸ਼ਨ ਬਣਾਉਣ ਦਾ ਕੰਮ ਤੁਸੀਂ ਕਰਦੇ ਹੋ ਇੱਥੇ ਬੈਠ ਕੇ। ਠੀਕ ਹੈ, ਇਹ ਗਲਤ ਪਰਸੈਪਸ਼ਨ ਬਣਾਉਣੇ ਲੋਕਾਂ ਦੇ ਵਿੱਚ। ਤੁਹਾਡਾ ਕਮੈਂਟ ਵੀ ਆ ਗਿਆ, ਇਹਨਾਂ ਦਾ ਕਮੈਂਟ ਵੀ ਆ ਗਿਆ, ਲੋਕ ਫੈਸਲਾ ਕਰਦੇ। ਪ੍ਰਸਮਜੀਤ ਸਿੰਘ, ਮੈਂ ਥੋੜਾ ਜਿਹਾ ਹੁਣ ਲੋਕਾਂ ਨੂੰ ਗੁੰਮਰਾਹ ਦੇ ਲੋਕ ਕਰਦੇ ਨੇ ਨਾ, ਤੁਸੀਂ ਕਰਦੇ ਹੋ ਨਾ ਕਲੀਅਰ, ਨਹੀਂ ਗੁੰਮਰਾਹ ਹੋਣਗੇ ਲੋਕ, ਤੁਹਾਡੀ ਸੁਣਦੇ ਪਏ ਤੁਹਾਨੂੰ ਵੋਟਾਂ ਦਿੰਦੇ ਪਏ ਲੋਕ। ਢਿੱਲੋਂ ਸਾਹਿਬ ਤਾਂ ਸਿਆਣੇ ਨੇ ਲੋਕ ਪਤਾ ਹੀ ਹੁੰਦੇ ਨੇ ਤੁਹਾਨੂੰ ਵੋਟਾਂ ਦਿੰਦੇ ਪਏ, ਇਹਨਾਂ ਦੇ ਕਿਹਾ ਤੁਹਾਨੂੰ ਵੋਟਾਂ ਦਿੰਦੇ ਪਏ, ਨੋਟਾਂ ਦੀ ਵੋਟ ਕਿੰਨੀ ਪਈ ਹੈ? ਨਹੀਂ ਨਹੀਂ, ਤੁਹਾਡੇ ਕਿਹਾ ਨਹੀਂ ਹੁੰਦੀ, ਕਿਉਂ ਪਈ ਹੈ? ਉਹ ਨੋਟਾਂ ਦੀ ਵੋਟ ਹੋਈ ਹੈ ਜਿਹੜੀ ਸੀਪੀਐਮ ਨੂੰ ਨਹੀਂ ਪਈ। ਠੀਕ ਹੈ ਨਾ, ਉਹ ਵੋਟ ਹੈ ਜਿਹੜੀ ਤੁਹਾਨੂੰ ਨਹੀਂ ਪਾਣਾ ਚਾਹੁੰਦੇ ਸੀਪੀਐਮ ਨੂੰ ਦੱਸੋ ਕਿਹੜਾ ਕੈਂਡੀਡੇਟ ਆਪਾਂ ਇਦਾਂ ਨਾ ਬਹਿਸ ਲਈਏ। ਪ੍ਰਸਮਜੀਤ ਸਿੰਘ, ਸਵਾਲ ਇਹ ਹੈਗਾ, ਹਰਿਆਣਾ ਦੀ ਸਿਆਸਤ ਨੇ ਪੰਜਾਬ ਦੇ ਲਈ 2022 ਦਾ ਲਈ 22 ਦੇ ਲਈ ਕੀ ਸੁਨੇਹਾ ਦਿੱਤਾ? ਇੱਕ ਤਾਂ ਅਕਾਲੀ ਦਲ ਨੂੰ ਇਸ ਤੋਂ ਬੈਨੀਫਿਟ ਹੋਊਗਾ ਕਿ ਬੀਜੇਪੀ ਨੂੰ ਉੱਥੇ ਓਨਾ ਫਾਇਦਾ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀਗਾ, ਹੁਣ ਇੱਥੇ ਇਹਨਾਂ ਦਾ ਗੱਠਜੋੜ ਬਚ ਜਾਵੇਗਾ। ਇੱਕ ਇਹ ਸਵਾਲ, ਦੂਜਾ ਸਵਾਲ ਇਹ ਹੈਗਾ ਜਿਹੜਾ ਪੰਜਾਬ ਦੇ ਵਿੱਚ ਹੋਇਆ, ਨਾ ਕੈਪਟਨ ਸਾਹਿਬ ਆਪਦੇ ਕੈਪਟਨ ਨੂੰ ਬਚਾ ਸਕੇ, ਨਾ ਸੁਖਬੀਰ ਬਾਦਲ ਆਪਣਾ ਗੜ੍ਹ ਜਲਾਲਾਬਾਦ ਬਚਾ ਸਕੇ, ਇਹਦਾ ਮਤਲਬ ਦੋਨਾਂ ਵੱਡੇ ਲੀਡਰਾਂ ਦੀਆਂ ਨੀਤੀਆਂ ਦੀ ਵੀ ਹਾਰ ਹੋਈ ਹੈ ਪੰਜਾਬ 'ਚ। ਦੋ ਤਿੰਨ ਗੱਲਾਂ ਜਿਹੜੀ ਪਹਿਲੀ ਡਿਸਕਸ਼ਨ ਚੱਲ ਰਹੀ, ਮੈਂ ਫਟਾਫਟ ਕਰਕੇ ਇੱਕ ਇੱਕ ਸੈਂਟੈਂਸ ਦੇ ਵਿੱਚ, ਫਿਰ ਮੈਂ ਇਹ ਦੋਵੇਂ ਗੱਲਾਂ ਬੜੀਆਂ ਇੰਪੋਰਟੈਂਟ ਜਿਹੜੇ ਸਵਾਲ ਤੁਸੀਂ ਕੀਤੇ। ਪਹਿਲੀ ਗੱਲ ਜਿਹੜੀ ਹੈ ਨਾ, ਗੁਰਪ੍ਰੀਤ ਜੀ ਢਿੱਲੋਂ ਕਹਿ ਰਹੇ ਕਿ ਨੈਸ਼ਨਲ ਇਸ਼ੂ, ਇਹਨਾਂ ਦੇ ਮਤਲਬ ਨੈਸ਼ਨਲ ਇਸ਼ੂ ਦਾ ਮਤਲਬ ਇਹ ਰਹਿ ਗਿਆ ਕਿ ਜਾਂ ਤਾਂ ਪਾਕਿਸਤਾਨ ਅਤੇ ਜਾਂ ਕਸ਼ਮੀਰ ਧਾਰਾ 370 ਜਾਂ ਬਾਬਰੀ ਮਸਜਿਦ, ਮਤਲਬ ਜਿਹੜੀਆਂ ਗੱਲਾਂ ਤੁਸੀਂ ਹੁਣ ਕਹਿ ਰਹੇ ਹੋ ਨਾ, ਆਪਾਂ ਕਹਿ ਚੁੱਕੇ ਹਾਂ ਆਲਰੇਡੀ, ਕਹਿ ਚੁੱਕੇ ਹਾਂ ਆਪਾਂ, ਥੋੜ੍ਹਾ ਜਿਹਾ ਉੱਧਰ ਆ ਜੀ, ਜਿਹੜਾ ਸਵਾਲ ਤੁਹਾਨੂੰ ਮੈਂ ਕੀਤਾ। ਬਿਲਕੁਲ ਬਿਲਕੁਲ, ਉਸ ਤੇ ਆ ਜੀ। ਤੇ ਇਸ ਕਰਕੇ ਮੈਂ ਕਹਿੰਦਾ ਕਿ ਨੈਸ਼ਨਲ ਇਸ਼ੂ ਜਿਹੜਾ ਸਾਡਾ ਭੁੱਖਮਰੀ ਜਾਂ ਅਨਇੰਪਲਾਇਮੈਂਟ ਜਾਂ ਇਕਨੋਮੀ GDP ਕਿਉਂ ਨਹੀਂ ਬਣਦਾ, ਉਹ ਵੀ ਨੈਸ਼ਨਲ ਇਸ਼ੂ ਹੈਗੇ ਆ, ਅਨਪੜ੍ਹਤਾ ਨੈਸ਼ਨਲ ਇਸ਼ੂ ਹੈਗਾ, ਇਹ ਮੇਰਾ ਕਹਿਣ ਦਾ ਮਤਲਬ। ਚਲੋ ਜੇ ਤੁਸੀਂ ਇੱਥੇ ਮੈਨੂੰ ਰੋਕਦੇ ਹਾਂ ਤਾਂ ਆਪਾਂ ਇੱਥੇ ਆ ਜਾਂਦੇ ਹਾਂ। ਅਕਾਲੀ ਦਲ ਨੇ ਜਿਹੜਾ ਦਬਕਾ ਮਾਰਿਆ ਸੀਗਾ ਸੁਖਬੀਰ ਸਿੰਘ ਬਾਦਲ ਨੇ, ਜਦੋਂ ਇਹਨਾਂ ਦਾ ਇੱਕੋ ਇੱਕ MLA ਇਹਨਾਂ ਨੇ ਆਪਣੀ ਮਰਜ਼ੀ ਨਾਲ ਹਉਮੈ ਇੰਨੀ ਵੱਧ ਗਈ ਸੀਗੀ ਕਿ ਚੱਕ ਕੇ ਉਹਨੂੰ ਆਪਣੇ ਨਾਲ ਰਲਾ ਲਿਆ ਅਤੇ ਖੜਾ ਵੀ ਕਰ ਦਿੱਤਾ। ਉਹਨਾਂ ਨੇ ਕਿਹਾ ਚੰਗਾ ਫਿਰ ਤੁਹਾਨੂੰ ਅਸੀਂ ਦੱਸਦੇ ਹਾਂ, ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਅਪੋਜੀਸ਼ਨ 'ਚ ਦੇਖਾਂਗੇ, ਔਰ ਉੱਥੇ ਵੰਗਾਰਿਆ ਜਾ ਕੇ ਉੱਥੇ ਉਹਨਾਂ ਨੇ ਪੁਰਾਣੀ INL ਉਹਦੇ ਨਾਲ ਸਮਝੌਤਾ ਕਰਕੇ ਜਿਵੇਂ ਪਹਿਲਾਂ ਕਰਦੇ ਸੀ ਉਸੇ ਤਰ੍ਹਾਂ, ਕਿਉਂਕਿ ਇਹਨਾਂ ਨੇ ਵਾਅਦਾ ਖਿਲਾਫੀ ਕੀਤੀ ਉੱਥੇ ਉਹਨਾਂ ਨਾਲ। ਇਸ ਗੱਲ ਦਾ ਵਾਅਦਾ ਸੀਗਾ ਕਿ ਅਸੀਂ ਰਲ ਕੇ ਚੋਣਾਂ ਲੜਾਂਗੇ ਪਾਰਲੀਮੈਂਟ ਦੇ ਦੌਰਾਨ, ਤੁਸੀਂ ਸਾਨੂੰ ਪਾਰਲੀਮੈਂਟ 'ਚ ਸਪੋਰਟ ਕਰੋ, ਅਕਾਲੀਆਂ ਨੂੰ ਕਿਹਾ ਸੀ BJP ਨੇ, ਅਸੀਂ ਫਿਰ ਤੁਹਾਡੇ ਨਾਲ ਰਲ ਕੇ ਚੋਣਾਂ ਅਸੈਂਬਲੀ ਦੀਆਂ ਲੜਾਂਗੇ। ਇਸ ਗੱਲ ਦਾ ਗੁੱਸਾ ਅਤੇ ਲੜਾਈ ਹੋਈ। ਹੁਣ ਉਹ ਇਸ ਗੱਲ 'ਤੇ ਬੜੇ ਖੁਸ਼ ਆ, ਭਾਵੇਂ ਉਹਨਾਂ ਦਾ ਕੋਈ ਨਹੀਂ ਜਿੱਤਿਆ, ਪਰ ਉਹ ਕਹਿੰਦੇ ਕਿ ਅਸੀਂ ਇਹਨਾਂ ਨੂੰ ਚਣੇ 'ਚ ਪਾ ਤੇ, ਅਸੀਂ ਦੱਸ ਤਾਂ ਸੀ ਇੱਕ ਵਾਰੀ ਸਹੁੰਚਕ ਸਮਾਗਮ ਜਾਣਗੇ ਉਹ, ਹੈਂ ਸਹੁੰਚਕ ਸਮਾਗਮ ਜਾਣਗੇ ਉਹ, ਨਹੀਂ ਨਹੀਂ ਉਹ ਜਾਣਗੇ, ਉਹ ਗੱਲ ਲੱਗ ਗਿਆ, ਪਰ ਇੰਨਾ ਉਹਨਾਂ ਨੂੰ ਇੱਕ ਗੱਲ ਦਾ ਮਾਣ ਹੋ ਗਿਆ। ਅਤੇ ਰਹੀ ਗੱਲ ਇਹਦੇ ਸਿੱਧਾ ਸਿੱਧਾ ਇੰਪਲੀਕੇਸ਼ਨ ਪੰਜਾਬ ਦੇ ਉੱਤੇ ਆ, ਉਹਨਾਂ ਦੇ ਸਪੋਕਸਮੈਨ BJP ਦੇ ਪੰਜਾਬ ਦੇ ਕਹਿਣ ਲੱਗ ਪਏ ਕਿ ਅੱਗੇ ਜਿਹੜੀਆਂ ਕਦੀ 46 ਸੀਟਾਂ BJP ਕਹਿ ਰਹੀ ਸੀ ਪੰਜਾਬ 'ਚ ਮੰਗਾਂਗੇ, ਕਦੀ 50 ਮੰਗਾਂਗੇ, ਕਦੀ ਅਸੀਂ ਆਪਣਾ ਅਲੱਗ ਹੋ ਕੇ ਚੀਫ ਮਿਨਿਸਟਰ ਬਣਾ ਲਾਂਗੇ, ਇਹ ਜਿਹੜੀਆਂ ਗੱਲਾਂ ਚੱਲ ਰਹੀਆਂ ਸੀ, ਚੁੱਪ ਕਰਕੇ ਬਹਿ ਗਏ ਆ, ਕਹਿੰਦੇ 23 ਮਿਲ ਜਾਣ 'ਤੇ ਬਹੁਤ ਆ। ਠੀਕ ਤੇ ਇਹ ਗੱਲ, ਜਿਹੜੀ ਦੂਜਾ ਸਵਾਲ ਸੀ ਤੁਹਾਡਾ ਕਿ ਦੋਵੇਂ ਜਗ੍ਹਾ ਦੇ ਉੱਤੇ, ਉਹ ਤਾਂ ਠੀਕ ਹੈ ਕਿ ਦੋ ਸਥਾਨਾਂ ਦਾ ਭੇਟ ਸੀ, ਕਈ ਵਾਰੀ ਕੀ ਹੁੰਦਾ ਕਿ ਸਥਾਨ ਬਿਲਕੁਲ ਬਰਾਬਰ ਦੇ ਹੁੰਦੇ ਆ ਅਤੇ ਉਹ ਇੱਕ ਪਾਸੇ ਨੂੰ ਭੱਜ ਜਾਂਦਾ, ਦੂਜਾ ਭੱਜ ਜਾਂਦਾ, ਦੋਵੇਂ ਡਰ ਜਾਂਦੇ ਆ, ਦੋਵੇਂ ਹੀ ਇਹੋ ਜਿਹੇ ਸਿੰਘ ਵਸਾਏ, ਇੱਧਰੋਂ ਕੈਪਟਨ ਆਪਣੇ ਆਪ ਨੂੰ ਹਰਾ ਕੇ ਬਹਿ ਗਏ ਜਿਹੜੇ ਦਾਖਾ ਦੇ ਵਿੱਚ, ਔਰ ਅਜਾਲੀ ਨੇ ਮਤਲਬ ਇਹਨਾਂ ਨੂੰ ਵੀ ਬੜਾ ਸੀਗਾ ਕਿ ਮੇਰਾ ਬੰਦਾ ਜਿਹੜਾ ਇਹ ਮੇਰਾ ਰਿਪ੍ਰੈਜੈਂਟੇਟਿਵ ਹੈ, ਕੈਪਟਨ ਹੀ ਸਮਝ ਲਓ, ਅਮਰਿੰਦਰ ਸਿੰਘ ਹੀ ਖੜਾ, ਉਸ ਗੱਲ ਦਾ ਉਹਦਾ ਜਵਾਬ ਅਕਾਲੀਆਂ ਨੇ ਉੱਥੇ ਤਕੜੇ ਤੌਰ 'ਤੇ ਦਿੱਤਾ। ਹਾਲਾਂਕਿ ਚਲੋ ਮੈਰਿਟ ਡੀਮੈਰਿਟ ਬਾਅਦ ਦੀਆਂ ਗੱਲਾਂ, ਉਹ ਲੋਕਲ ਕੈਂਡੀਡੇਟ ਸੀ, ਵੈਲ ਇੰਟਰੈਂਸਡ ਆ, ਲੋਕਾਂ ਨੇ ਉਹਨੂੰ ਲੈ ਦਿੰਦਾ। ਉੱਥੇ ਜਿਹੜਾ ਸੁਖਬੀਰ ਬਾਦਲ ਦਾ ਜਿਹੜਾ ਹਾਰਨਾ, ਉਹ ਵੀ ਓਨਾ ਹੀ ਸੈਂਸੇਸ਼ਨਲ ਹੈਗਾ ਕਿਉਂਕਿ ਉਹਨਾਂ ਦੀ ਆਪਣੀ ਸੀਟ ਆ, ਇੰਨੇ ਚਿਰ ਦੀ ਸੀਟ ਆ, ਉਹ ਕਹਿੰਦੇ ਮੈਂ ਵਿਕਾਸ ਬਹੁਤ ਕੀਤਾ, ਜਿਵੇਂ ਢਿੱਲੋਂ ਸਾਹਿਬ ਦੱਸ ਰਹੇ, ਗਲੀਆਂ ਨਾਲੀਆਂ ਬਹੁਤ ਪੱਕੀਆਂ ਕੀਤੀਆਂ, ਉਹਨਾਂ ਨੇ ਵੀ ਬਹੁਤ ਪੱਕੀਆਂ ਕੀਤੀਆਂ, ਹੋਰ ਵੀ ਕਈ ਕੁਝ ਕੀਤਾ, ਅੰਡਰਗਰਾਊਂਡ ਪਾਣੀ ਲੈ ਕੇ ਆਏ, ਉਹਨਾਂ ਦੇ ਸਪੋਕਸਮੈਨ ਕਹਿੰਦੇ, ਜਿਸ ਕਰਕੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਜਲਾਲਾਬਾਦ, ਉੱਥੇ ਲੋਕਾਂ ਨੇ ਦੱਸਤਾ ਕਿ ਨਹੀਂ। ਇਹਦਾ ਮਤਲਬ ਹੈ ਕਿ ਜਿਹੜੀ
सवाल एक पूछ रहे हैं, विधानसभा चोणों के नतीजे ने देश की सियासत को किहड़े पासे मोड़िया? बहन साहब, असी यह गल कितें भी नहीं कह रहे कि बीजेपी हार की है, असी यह गल कह रहे हैं कि बीजेपी नूं उस लैवल दा जिहड़ा वोट शेयर नहीं मिलिया, उस लैवल दीआं सीट्स नहीं मिलिया जो इन्होंने उम्मीदा जगाईआं सी, जो इन्होंने मिशन रखे सीगे। सवाल यह हैगा कि हुण जे मुख मोड़ना शुरू किया वोटरां ने, इहदा मतलब है कि हुण इन्हां वड्डियां पार्टियां नूं जां रवायती पार्टियां नूं मंथन करना पवेगा कि लोक हुण चाहुंदे की है? देखो, बीजेपी का ग्राफ डिगन दे, हालांकि जो जिस तरह नैशनल मुद्दे इन्होंने कहा अनइंप्लॉयमेंट हैगी है, यूथ है बेचारा वेला तुरे फिरता है, भुखमरी हैगी, ये मुद्दे तो है पर एक होर जो बहुत बड़ा जो बीजेपी के जी एबसोल्यूट पावर आन करके जी एरोगेंस आई सी, एरोगेंस का जो आफ्टर देखो सोसायटी के उत्ते साड़ी का असर पैंदा, हर बंदा यह सोचने लग गया कि हुण बीजेपी वालों तो डर के रहो। तुसीं देखो जो किसी अर्बन नक्सलाइट कह के इन्होंने अंदर सुटते लोग, उस तो बाद जो 49 जो इंटलैक्चुअल और फिल्म स्टार से उन्होंने एक लैटर लिखी है मोदी को, ठीक है, वो सारे सडिशन केस तुम दर्ज कर देने हो। इस तरीके कल्ली जगह नहीं, हर जगह कंट्री वाइड इदा के केस सडिशन दर्ज हो, जी एन यू के स्टूडेंट्स के उत्ते हुए है। सो यही चीज़ा आफ्टर सोसायटी ट्रैवल कर दी और लोगों चाहिए हैं, तो एक जो तुम पावर लोगों ने देती है वह जो गलत इस्तेमाल जो किया बीजेपी ने, वह भी एक बहुत बड़ा फैक्टर हैगा। और मैं तो लगता है कि लोगों ने होमे की हवा कढ़ी, बिल्कुल बिल्कुल होमे की हवा कढ़ी है, और पंजाब दे विच भी यही जी जिस तरह इन्होंने भी जिक्र किया, पंजाब दे विच दो सीटा सी जो मोदी जी हरियाणे च नहीं चलिया तो पंजाब विच भी मोदी फैक्टर नहीं चलिया, क्योंकि जोड़ा मकेरिया और फगवाड़ा हारे है, वो फगवाड़ा तो बिल्कुल इन्हों की अपनी सीट से सोमिस्टर है, सोमदत्त वधिया वोटां जित के गया सी उत्थों, और मकेरिया दे विच भी जिथे जी हिंदू डोमीनेटेड सीट हैगी है उत्थे भी हारे है। सो इस करके जी लोगों ने जवाब इन्हों देता है, हुण इह समझण ना समझण वो इन्हां दी गल आ। दूजी जी इन्हां नूं मैं मेरे मेरी जी है कि जे इन्होंने हुण भी जे दूजे एड्रेस नहीं किए इशू तो जी अगे हालत माड़ी होने वाली है। ठीक है, ढिल्लो साहब, ढिल्लो साहब, ढिल्लो साहब, सवाल ले लो ढिल्लो साहब। अगले दो साल के अठ वे सूबे विधानसभा चोणा है, झारखंड, बिहार, दिल्ली, जम्मू कश्मीर, तमिलनाडु, पश्चिमी बंगाल, असम, केरला, मैंने नहीं पता जम्मू कश्मीर हो पागियां कि नहीं हो पागियां, पर अठ सूबे है सूची है, इन अठ सूबे के बारे हुण मिलता तो शायद तुहानूं थोड़ी जी रणनीति में बदलाव करना पवेगा। देखो, मैं पहले ही बड़ी नम्रता दे नाल कहा कि लोगों ने जो भी सुनेहा दिता उन्हें नम्रता नाल स्वीकार करना साढ़े सारयां दा फर्ज है, और उहदे उपर एक बैठ के चिंतन मंथन होगा, बैठकां होणगियां कित्थे की कमियां रहीयां की नहीं, अगे किवें चलना, यह सारा कुछ विचार वटांदरे होणगे, यह गल मैं मानदा। दूजी गल जिहड़ी इन्हां ने कीती हुणे बैंस साहब ने कि जे एन यू दे विच एरोगेंस दिखाई, भाई साहब जे एन यू दे विच देश विरोधी नारे लगे सीगे, उच्च एरोगेंस नहीं विखाई उन्होंने उत्ते, केस कुछ जे पिया तो वह इस करके पिया, उन्होंने एक उत्ते नारा लाया, भारत तेरे टुकड़े होंगे इंशाअल्लाह इंशाअल्लाह, अफजल हम शर्मिंदा हैं, तेरे कातल जिंदा है, आ नारे लगे तां करके उन्होंने जिहड़ा सलाखां दे पिछे गए। ये आपां बर्दाश्त कर सकते हैं कि कोई भी देश दे विच खड़ा हो के यूनीवर्सिटी एड्डी वड्डी जिहड़ी दिल्ली सदर दे विच होवे उत्ते इहो जिहियां गल्लां होण कदी बर्दाश्त करन योग हैगी? कश्मीरी स्टूडेंट्स नूं तुसीं स्टेटा दे पढ़न आए उन्हां नूं कुट्टो, ओह तुहाडा नेशनलिज़म है। स्टूडेंट नूं कुट्टण दा पहिलां इह वेख लो कि उन्हां ने कीता की है, उन्हां ने नारे किहड़े लाए ने, उन्हां ने कम्म किहड़े कीते ने, तैयार करके फैलाई ने कोई एरोगेंस नहीं विखाई, लोगों नूं मैसेज देना जरूरी है कि देश विरोधी गतिविधियां कानून देश दे खिलाफ जो बोलेगा सजा देश की सिक्योरिटी देश की प्रभु सत्ता के खिलाफ कोई भी चीज बर्दाश्त नहीं होगी। चोणा आने वाली है, आम आदमी पार्टी का ग्राफ है जिहड़ा
ਉਹ ਦਿਨ ਬ ਦਿਨ ਡਿੱਗਦਾ ਜਾ ਰਿਹਾ ਹੈਗਾ। ਜਿਵੇਂ ਇੱਕ ਵੇਲਾ ਆਇਆ ਸੀਗਾ ਤੁਹਾਡੇ 'ਤੇ ਵੀ ਵੇਲਾ ਆ ਚੁੱਕਿਆ ਹੈਗਾ, ਉਹੋ ਜਿਹਾ ਵੇਲਾ ਆਮ ਆਦਮੀ ਪਾਰਟੀ 'ਤੇ ਵੀ ਖੜਾ ਹੈਗਾ। ਤੁਸੀਂ ਆਮ ਆਦਮੀ ਪਾਰਟੀ ਨੂੰ ਆਪਦੇ ਨਾਲ ਖੜਾ ਹੋਇਆ ਦੇਖਣਾ ਚਾਹੁੰਦੇ ਹੋ ਜਾਂ ਨਹੀਂ, ਜਾਂ ਤੁਹਾਡੀ ਆਈਡੋਲੋਜੀ ਅਤੇ ਆਮ ਆਦਮੀ ਪਾਰਟੀ ਦੀ ਆਈਡੋਲੋਜੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਅਤੇ ਇਹਨਾਂ ਦੋਨਾਂ ਦਾ ਕੋਈ ਕੰਪੈਰੀਜ਼ਨ ਨਹੀਂ ਹੈਗਾ? ਦੇਖੋ, ਕਿਉਂਕਿ ਕੇਰਲਾ ਵਿੱਚ ਵੀ ਇਲੈਕਸ਼ਨ ਹੈਗੀ। ਜੇ ਅਸੀਂ ਆਈਡੋਲੋਜੀ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਹਾਲੇ ਤੱਕ ਕੋਈ ਐਕਚੁਅਲੀ ਆਈਡੋਲੋਜੀ ਹੀ ਨਹੀਂ ਪੇਸ਼ ਕਰ ਪਾਈ ਜਿਹਦੇ ਕਾਰਨ ਇਹ ਹੋ ਰਿਹਾ। ਉਹਨਾਂ ਦੀ ਜ਼ਮਾਨਤਾਂ ਜ਼ਬਤ ਹੋ ਰਹੀਆਂ ਕਿਉਂ ਹੋ ਰਹੀਆਂ? ਬਿਲਕੁਲ, ਉਹ ਇਸੇ ਕਰਕੇ ਹੀ ਉਹਨਾਂ ਦੇ ਨਾਲ ਇਹ ਭਾਣਾ ਵਾਪਰ ਰਿਹਾ ਕਿਉਂਕਿ ਇੱਕ ਵਾਰੀ ਲੋਕਾਂ ਨੂੰ ਕਾਫੀ ਵੱਡੀ ਉਮੀਦ ਉਹਨਾਂ ਤੋਂ ਜਾਗੀ ਸੀ, ਉਹ ਉਮੀਦ ਜਿਹੜੀ ਹੈਗੀ ਆ ਉਹ ਮਤਲਬ ਬੁਲਬੁਲਾ ਜਿਹੜਾ ਹੈਗਾ ਉਹ ਫੁੱਟ ਚੁੱਕਿਆ ਅਤੇ ਹੁਣ ਸਿਚੁਏਸ਼ਨ ਇਹ ਹੈ ਪੰਜਾਬ ਦੇ ਅੰਦਰ ਜਿੱਥੇ ਉਹ ਆਪੋਜੀਸ਼ਨ ਦੇ ਵਿੱਚ ਬੈਠੇ ਨੇ, ਆਪੋਜੀਸ਼ਨ ਦੀ ਵੱਡੀ ਪਾਰਟੀ ਪੰਜਾਬ ਦੇ ਵਿੱਚ ਉਹ ਹੈ, ਸਰਕਾਰ ਦੇ ਖਿਲਾਫ ਇੱਕ ਐਂਟੀ ਇਨਕੰਬੈਂਸੀ ਮੌਜੂਦ ਹੈ, ਲੇਕਿਨ ਇਹਦੇ ਬਾਵਜੂਦ ਆਪੋਜੀਸ਼ਨ 'ਚ ਬੈਠੀ ਪਾਰਟੀ ਉਸਦਾ ਕੋਈ ਫਾਇਦਾ, ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਨੇ ਕੋਈ ਐਕਟਿਵਿਜ਼ਮ ਹੀ ਨਹੀਂ ਇਸ ਕਿਸਮ ਦਾ ਦਿਖਾਇਆ ਜਿਹਦੇ ਤੋਂ ਇਹ ਨਜ਼ਰ ਆ ਸਕੇ ਕਿ ਆਮ ਆਦਮੀ ਪਾਰਟੀ ਇੱਕ ਰੀਅਲ ਆਪੋਜੀਸ਼ਨ ਲੋਕਾਂ ਦੇ ਸਵਾਲ ਲੈ ਕੇ ਮਾਰਚ ਹਰਿਆਣਾ 'ਚ ਵੀ ਉਹਨਾਂ ਦਾ ਬੁਰਾ ਹਾਲ ਰਿਹਾ, ਜਦਕਿ ਕੇਜਰੀਵਾਲ ਖੁਦ ਹਰਿਆਣਾ ਤੋਂ ਬਿਲੋਂਗ ਕਰਦੇ ਆ, ਮੈਂ ਉਹਦੇ ਸਵਾਲ ਕਰ ਰਿਹਾ ਬਿਲਕੁਲ ਉੱਥੇ। ਤਾਂ ਮੇਰਾ ਮੰਨਣਾ ਇਹ ਆ ਕਿ ਬੇਸਿਕਲੀ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਇੱਕ ਦੌਰ ਦੇ ਵਿੱਚ ਐਂ ਲੱਗਿਆ ਸੀਗਾ ਕਿ ਇੱਕ ਮਸੀਹਾ ਸਾਡੇ ਹੱਥ ਲੱਗ ਗਿਆ ਅਤੇ ਹੁਣ ਮਸਲਾ ਜਿਹੜਾ ਉਹ ਹੱਲ ਹੋ ਜਾਣਾ, ਲੇਕਿਨ ਉਹ ਨਹੀਂ ਹੋਇਆ, ਉਹ ਨਹੀਂ ਹੋਇਆ ਕਿਉਂਕਿ ਅੰਨਾ ਹਜ਼ਾਰੇ ਮਹਾਰਾਸ਼ਟਰ ਤੋਂ ਬਿਲੋਂਗ ਕਰਦੇ ਆ, ਕੇਜਰੀਵਾਲ ਹਰਿਆਣਾ ਤੋਂ ਬਿਲੋਂਗ ਕਰਦੇ ਆ, ਸਾਰੇ ਕਿਤੇ ਸੁਪੜਾ ਸਾਫ਼ ਹੋ ਗਿਆ, ਉਹਨਾਂ ਦਾ ਉਹ ਮਸੀਹਾ ਵਾਲਾ ਜਿਹੜਾ ਕਰੈਕਟਰ ਸੀਗਾ ਉਹ ਫੇਲ ਹੋ ਗਿਆ ਉਹ ਲੋਕਾਂ ਨੂੰ। ਪ੍ਰਸਮਜੀਤ ਸਿੰਘ, ਲਾਸਟ ਕਮੈਂਟ ਤੁਹਾਡੇ ਚਾਹੀਦੇ ਪ੍ਰਸਮਜੀਤ ਸਿੰਘ। ਇਹਦਾ ਮਤਲਬ ਹੁਣ ਇਹ ਹੈ ਕਿ ਤੁਸੀਂ ਹੁਣ ਹਵਾ ਹਵਾਈ ਵਾਲੇ ਸੁਪਨੇ ਨਹੀਂ ਵੇਚ ਸਕਦੇ, ਤੁਹਾਨੂੰ ਜ਼ਮੀਨ 'ਤੇ ਆਉਣਾ ਪਵੇਗਾ, ਵਾਰ ਵਾਰ ਇਹ ਗੱਲ ਕਰ ਰਿਹਾ। ਬਿਲਕੁਲ, ਦੋ ਗੱਲਾਂ ਮੈਂ ਇੱਥੇ ਕਹਿਣੀਆਂ ਚਾਹੂੰਗਾ। ਢਿੱਲੋਂ ਜੀ, ਮੇਰੀ ਬੇਨਤੀ ਹੈ ਜਰਾ ਸੁਣ ਲਿਓ, ਬਾਅਦ 'ਚ ਜਵਾਬ ਦੇਣਾ ਉੱਤੇ ਦੇ ਵੀ ਸਕਦੇ ਹਾਂ। ਬਿਲਕੁਲ, ਇੱਕ ਤਾਂ ਸ਼ਖਸੀਅਤ ਬੇਸਡ ਜਿਹੜੀਆਂ ਰਾਜਨੀਤੀ ਚੱਲੀ ਨਾ, ਇਹ ਮੋਦੀ ਨੂੰ ਕਿਸੇ ਨੇ ਨਹੀਂ ਚੜਾਇਆ, ਮੋਦੀ ਨੂੰ BJP ਦੀ ਪਾਰਟੀ ਤੋਂ ਵੀ ਜ਼ਿਆਦਾ ਵੱਡਾ ਇੱਕ ਜਿਹੜਾ ਬਣਾ ਕੇ ਪੇਸ਼ ਕੀਤਾ ਔਰ ਖੁਦ BJP ਨੇ ਕੀਤਾ। ਹੁਣ ਜੇ ਉਹ ਵਿਕਣਾ ਘਟੂਗਾ ਜਾਂ ਉਹਦੀ ਪਰਸਨੈਲਿਟੀ ਜਿਹੜੀ ਉਹ ਜਿਹੜਾ ਔਰਾ ਨਹੀਂ ਵਿਕੂਗਾ ਰਾਜਨੀਤਿਕ ਵੋਟਾਂ ਲੈਣ ਲਈ, ਤਾਂ ਫਿਰ ਇਹ ਕੀ ਕਰਨਗੇ? ਇਸ ਕਰਕੇ ਇਹਨਾਂ ਨੇ ਇਹ ਤਾਂ ਆਪਣੇ ਪੈਰਾਂ 'ਤੇ ਆਪ ਕੁਹਾੜਾ ਮਾਰਿਆ। ਉਹਦਾ ਹੀ ਛੋਟਾ ਰੂਪ ਉਸੇ ਹੀ ਅਪਰੋਚ ਦਾ ਕੇਜਰੀਵਾਲ ਹੈਗਾ ਆ, ਉਹ ਵੀ ਕਲਟ ਜਿਹੜਾ ਕੇਜਰੀਵਾਲ ਕਲਟ ਬਣਾਇਆ ਸੀਗਾ ਉਹਦੇ 'ਤੇ ਜਦੋਂ ਡੈਮੇਜ ਪੰਜਾਬ ਦੇ ਵਿੱਚ ਹੋਇਆ ਤਾਂ ਇੱਥੇ ਸੁਪਨਾ ਸਾਫ਼ ਹੋਣ ਵਾਲੀ ਗੱਲ ਹੋ ਗਈ। ਇਹੋ ਹੀ ਹਰਿਆਣੇ ਦੇ ਵਿੱਚ ਤਾਂ ਕਦੀ ਉਹ ਪੇਸ਼ ਹੀ ਨਹੀਂ ਕਰ ਸਕੇ, ਜੇ ਦਿੱਲੀ 'ਚ ਹੋ ਰਿਹਾ ਤਾਂ ਉਹ ਉਹਨਾਂ ਦੇ ਕਿਉਂਕਿ ਉਹਨਾਂ ਕੋਲ ਸੱਤਾ ਆਈ ਆ, ਉੱਥੇ ਉਹ ਕੰਮ ਆਪਣਾ ਠੂ ਠੱਕਾ ਜਿਹਾ ਚਲਾਈ ਜਾਣਗੇ, ਪਰ ਉਹ ਜਿਹੜੇ ਆ ਬਿਲਕੁਲ ਹੀ ਪਾਰਟੀ ਦੀ ਜਿਹੜੀ ਸਵਰਾਜ ਦੀ ਗੱਲ ਕਰਦੇ ਸੀ ਉਹ ਨਹੀਂ। ਦੂਸਰੀ ਇੱਕ ਜਿਹੜੀ ਲਾਸਟ ਗੱਲ ਬੜੀ ਇੰਪੋਰਟੈਂਟ ਗੱਲ ਆ, ਇਹਨਾਂ ਸਾਰੀਆਂ ਚੋਣਾਂ ਦੇ ਵਿੱਚ ਮੋਦੀ ਜੀ ਨੇ ਧਾਰਾ 370 ਵੇਚਣ ਦੀ ਕੋਸ਼ਿਸ਼ ਕੀਤੀ ਔਰ ਇਹ ਕਿਹਾ ਕਿ ਦੇਖੋ ਜਿਹੜਾ ਟੈਂਪਰੇਰੀ ਜਿਹੜਾ ਸਾਰੀ ਧਾਰਾ ਸੀਗੀ ਉਸ ਨੂੰ ਅਸੀਂ ਹੁਣ ਹਟਾ ਕੇ ਆਪਣੇ ਨਾਲ ਜੋੜਤਾ ਅਤੇ ਦੇਸ਼ ਉੱਥੇ ਤਰੱਕੀ ਹੋਊਗਾ ਅਤੇ ਕਸ਼ਮੀਰ ਦੀ ਬਾਗੋ ਬਾਗ ਜਾਊਗੀ। ਚਾਰ ਡਰਾਈਵਰ, ਟਰੱਕ ਡਰਾਈਵਰ ਜਿਹੜੇ ਬਾਹਰੋਂ ਗਏ ਉੱਥੇ ਸੇਬ ਲੈਣ ਲਈ ਉਹਨਾਂ ਨੂੰ ਮਾਰ ਦਿੱਤਾ, ਰੋਜ਼ ਅੱਗਾਂ ਲੱਗਣ ਲੱਗ ਪਈਆਂ, ਰੋਜ਼ ਠੂਠਾ ਹੋ ਗਈ, ਰੋਜ਼ ਇਹ ਕਹਿੰਦੇ ਸੀ ਇਹੋ ਜਿਹੀ ਸ਼ਾਂਤੀ ਕਦੀ ਕੀਤੀ ਹੋਈ ਪਹਿਲਾਂ ਅਸੀਂ ਕਰਤੀ ਦੇ ਨਾ, ਉਹ ਦੇਸ਼ ਦੇ ਨਾਲ ਆਏ ਨਾ, ਉੱਥੇ ਸ਼ਾਂਤੀ ਹੋਈ ਤੇ ਨਾ ਲੋਕਾਂ ਦਾ ਉੱਥੇ ਖੂਨ ਖਰਾਬਾ ਬੰਦ ਹੋਇਆ। ਗੁਰਪ੍ਰੀਤ ਜੀ, ਜਿਹੜੇ ਟਰੰਪ ਦੀ ਉੱਥੇ ਹਾਊਦੀ ਮੋਦੀ ਕਰਕੇ ਆਏ ਸੀ ਉਹਨਾਂ ਨੇ ਵੀ ਪੁੱਛਣਾ ਸ਼ੁਰੂ ਕਰਤਾ ਕਿ ਕੀ ਕਰ ਰਹੇ ਹੋ। ਅਮਰੀਕਾ ਨੇ ਚਿੱਠੀ ਪਾ ਦਿੱਤੀ ਕਸ਼ਮੀਰੀ ਸਾਡੇ ਆ ਕਿ ਨਹੀਂ ਸਾਡੇ? ਤੁਸੀਂ ਪਾਕਿਸਤਾਨ ਪ੍ਰਵਕਤਾ ਕਿਉਂ ਨਹੀਂ ਕਰਨੇ ਚਾਹੀਦੇ? ਦੇਖੋ ਅਸੀਂ ਜਿਹੜਾ ਲਾਸਟ ਤੁਹਾਡਾ ਸਵਾਲ ਸੀਗਾ ਉਹ ਸੀਗਾ ਆਪ ਦੇ ਉੱਤੇ, ਤੋ ਮੈਂ ਇੱਕ ਇਹ ਗੱਲ ਇੱਕ ਤਾਂ ਇਹ ਕਹਿਣੀ ਚਾਹੂੰਗਾ, ਜਿਹੜਾ ਆਪ ਸੀਗੀ ਉਹ ਕਹਿੰਦੇ ਆਈਡੋਲੋਜੀ ਨਹੀਂ ਪੇਸ਼ ਕਰ ਸਕਿਆ, ਠੀਕ ਹੈ ਕਿ ਉਹਨਾਂ ਦੀ ਆਪਣੀ ਕੋਈ ਆਈਡੋਲੋਜੀ ਨਹੀਂ ਸੀਗੀ। ਐਕਚੁਅਲੀ ਜਿਹੜੀ ਨੋਨ ਪਰਫੋਰਮੈਂਸ ਸੀਗੀ ਟ੍ਰੈਡੀਸ਼ਨਲ ਪਾਰਟੀਆਂ 'ਚ BJP ਵੀ ਹੈ, ਕਾਂਗਰਸ ਵੀ ਹੈ, ਹੋਰ ਪਾਰਟੀ ਜਿਹੜਾ ਖਿਲਾਫ ਪੈਦਾ ਹੋ ਗਿਆ ਸੀ, ਉਹ ਖਿਲਾਫ ਜਿਹੜਾ ਉਹਨਾਂ ਨੇ ਪੂਰਾ ਕੀਤਾ, ਲੋਕਾਂ ਨੂੰ ਥਰਡ ਅਲਟਰਨੇਟਿਵ ਦੀ ਲੋੜ ਸੀਗੀ ਕਿਉਂਕਿ ਨੋਨ ਅੱਜ ਲੋੜ ਹੈ ਕਰਪਟ, ਅੱਜ ਵੀ ਹੈਗੀ ਅੱਜ ਵੀ ਹੈਗੀ ਲੋੜ ਹੈ ਅਲਟਰਨੇਟਿਵ ਅੱਜ ਵੀ ਹੈ, ਲੇਕਿਨ ਉਹ ਹੁਣ ਆਪ ਤੇ ਡਿਪੈਂਡ ਕਰਦਾ ਉਹ ਕਿੱਥੇ ਜਾ ਕੇ ਆਪ। ਚਲੋ, ਬਹੁਤ ਬਹੁਤ ਧੰਨਵਾਦ ਬੈਂਸ ਸਾਹਿਬ, ਤੁਹਾਡਾ ਢਿੱਲੋਂ ਸਾਹਿਬ, ਤੁਹਾਡਾ ਬਹੁਤ ਧੰਨਵਾਦ, ਕਮਲਜੀਤ ਤੁਹਾਡਾ ਬਹੁਤ ਧੰਨਵਾਦ, ਪ੍ਰਸਮਜੀਤ ਸਿੰਘ ਤੁਹਾਡਾ ਬਹੁਤ ਧੰਨਵਾਦ, ਖਲਾ ਹੈਗਾ ਇਸ ਖਲਾ ਨੂੰ
पूरना पवेगा, पर सवाल यह है कि जनता ने जो फैसला सुनाया है कि उसको सलाम करना पवेगा। जनता सब तो उत्ते है, जनता जो सोचती है, जनता जो शीशा दिखाती है कि है, हालांकि शीशा दिखाने वक्त लग सकता है, पर शीशा दिखाना शुरू हो गया। जो शीशा दिख जाएगा तो पता भी लग जाएगा जनता की चाहती है। आपके मन की ना करो, जनता के मन की सुनो। बहुत धन्यवाद।